ਪਹਿਲਾਂ ਤਾਂ ਇਹ ਸ਼੍ਰੋਮਣੀ ਅਕਾਲੀ ਦਲ ਹੈ ਹੀ, ਹੋਰ ਹੈ ਕੀ ਹੈ, ਇਹ ਹੈ ਬਾਦਲ ਦਲ। ਇਹ ਫੋਰ ਆਫ ਗੈਂਗ ਸੀਗਾ, ਫਿਰ ਪਰਿਵਾਰ ਦੀ ਪਾਰਟੀ ਹੈ ਉਹ, ਪੰਥ ਦੀ ਪਾਰਟੀ ਤਾਂ ਪਹਿਲਾਂ ਹੀ ਹੈ ਨਹੀਂ, ਐਵੇਂ ਲੋਕ ਕਹੀ ਜਾਂਦੇ ਪੰਥ ਦੀ ਪਾਰਟੀ, ਪੰਥ ਦੀ ਪਾਰਟੀ, ਪੰਥ ਦੀ ਤਾਂ ਇਹ ਹੈ ਹੀ ਨਹੀਂ। ਸੁਖਬੀਰ ਬਾਦਲ ਦੀ ਧਰਮ ਪਤਨੀ ਬਠਿੰਡੇ 'ਤੇ ਚੋਣ ਲੜ ਰਹੀ ਸੀ, ਇਹ ਸਾਰੇ ਕਿਉਂ ਨਹੀਂ ਬੋਲੇ, ਉੱਥੇ ਜਾ ਕੇ ਵਿਰੋਧ ਕਿਉਂ ਨਹੀਂ ਕੀਤਾ, ਉਦੋਂ ਫਿਰ ਕਿਉਂ ਨਹੀਂ ਕਿਹਾ ਕਿ ਸਰਸੇ ਵਾਲੇ ਨੂੰ ਮਾਫ਼ੀ ਦੇਣ 'ਤੇ ਦਾਉਣ ਵਾਲੇ ਹੈ, ਜਦੋਂ ਅਸੀਂ ਕਹਿੰਦੇ ਸੀ ਸਰਸੇ ਵਾਲੇ ਸਾਧ ਨੂੰ ਛੱਡਣ ਵਾਲੇ ਮਾਫ਼ੀ ਦਿਵਾਉਣ ਵਾਲੇ, ਗਲਤ ਮਾਫ਼ੀਨਾਮਾ ਇਹਨਾਂ ਨੇ ਦਵਾਇਆ, ਅਤੇ ਫਿਰ ਆ ਮੈਂ ਬੈਠਾ, ਮੇਰੇ 'ਤੇ ਲੱਕੜਾ ਚੋਰੀ ਦਾ ਪਰਚੀ ਪਾਇਆ, ਬਹੁਤ ਕੁਛ ਕਹਿੰਦੇ ਰਹੇ ਆ ਇਹ ਜੀ, ਕਦੇ ਸਾਨੂੰ ਕਿਸੇ ਦਾ ਪਿੱਠੂ ਦੱਸਦੇ, ਕਦੇ ਕਿਸੇ ਦਾ ਪਿੱਠੂ ਦੱਸਦੇ, ਕਦੇ ਕਿਸੇ ਦਾ ਦੱਸਦੇ, ਹੁਣ ਤੁਸੀਂ ਦੱਸੋ ਹੁਣ ਜਿਹੜੀ ਅਸੀਂ ਗੱਲ ਕਹਿੰਦੇ ਸੀ ਉਹ ਸੱਚੀ ਆ ਕਿ ਜਿਹੜੀ ਤੁਸੀਂ ਕਹਿੰਦੇ ਛੱਪੀ। ਹੁਣ ਇਹ ਕਹਿੰਦੇ ਆ ਇੱਕ ਕਾਲ ਤਖ਼ਤ 'ਤੇ ਗਏ ਜਥੇਦਾਰ ਸਾਹਿਬ ਨੂੰ, ਰਘਬੀਰ ਸਿੰਘ ਨੂੰ ਇੱਕ ਚਿੱਠੀ ਦਿੱਤੀ, ਕਿਉਂਕਿ ਸਾਡਾ ਜਥੇਦਾਰ ਤਾਂ ਕੌਮ ਨੇ ਤਾਂ ਭਾਈ ਜਗਤਾਰ ਸਿੰਘ ਹਵਾਰੇ ਨੂੰ ਚੁਣਿਆ ਜਿੱਥੇ ਆਪਾਂ ਬੈਠੇ ਹਾਂ, ਠੀਕ ਹੈ। ਫਿਰ ਉਦੋਂ ਜਦੋਂ 90 ਲੱਖ ਦੇ ਇਸ਼ਤਿਹਾਰ ਦਿੱਤੇ ਸੀ ਉਦੋਂ ਹੀ ਸਾਰੇ ਕਿਉਂ ਨਹੀਂ ਬੋਲੇ, ਜਦੋਂ ਸਾਡੇ 'ਤੇ ਲੱਕੜਾਂ ਚੋਰੀ ਸੀ ਉਦੋਂ ਤਾਂ ਤਲਬ ਨਹੀਂ ਹੋਇਆ, ਜਦੋਂ ਗੁਰੂ ਦੀ ਬੇਅਦਬੀ ਕੀਤੀ ਅਤੇ ਕਰਾਈ ਉਦੋਂ ਤਾਂ ਤਲਬ ਨਹੀਂ ਹੋਇਆ, 8 ਸਾਲ ਬਾਅਦ ਇਹਨਾਂ ਨੂੰ ਯਾਦ ਆ ਗਿਆ, ਹੁਣ ਯਾਦ ਆ ਗਿਆ, ਕਿਉਂ? ਕਿਉਂਕਿ ਜ਼ਮੀਨ ਪੈਰਾਂ ਥੱਲੋਂ ਖਿਸਕ ਗਈ। ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਦਾ ਇਕੱਠ ਹੁੰਦਾ, ਉਦੋਂ ਬਾਹਰ ਦੀਆਂ ਏਜੰਸੀਆਂ ਆਉਂਦੀਆਂ, ਬਾਹਰ ਦੀਆਂ ਬੈਠ ਕੇ ਗੱਲਬਾਤ ਕਰਦੀਆਂ, ਅਤੇ ਫਿਰ ਭਾਈ ਉਦੋਂ ਚਿੱਟ ਕੱਪੜੀ ਪੁਲਿਸ ਵਾਲੇ ਆਉਂਦੇ ਆ ਅਤੇ ਦਰਬਾਰ ਸਾਹਿਬ ਦੇ ਵਿੱਚ ਸ਼ਾਮਿਲ ਹੋ ਜਾਂਦੇ, ਉਦੋਂ ਤਾਂ ਦਖਲਦਾਜੀ ਨਹੀਂ, ਉਦੋਂ ਤਾਂ ਕਹਿ ਕੇ ਵੀ ਕਰਾਉਂਦੇ ਆ, ਜਦੋਂ ਸਾਡੇ 'ਤੇ ਲਾਠੀਚਾਰਜ ਕਰਾਉਂਦੇ ਆ। ਇਹ ਖਤਰਾ ਇੱਕ ਪਰਿਵਾਰ ਨੂੰ ਹੈ, ਇਹ ਪਰਿਵਾਰ ਨੂੰ ਜਿਹੜਾ ਖਤਰਾ ਪਿਆ ਪਰਿਵਾਰ ਤੋਂ ਇੱਕ ਖਤਰਾ ਟਾਲਣ ਲਈ ਹੈ, ਇਸ ਕਰਕੇ ਇਸ ਭੰਬਲ ਭੂਸੇ 'ਚ ਪੈਣ ਦੀ ਲੋੜ ਨਹੀਂ ਹੈ, ਅਤੇ ਉੱਥੇ ਮਾਫ਼ੀਨਾਮਾ ਵੀ ਹੋ ਜਾਣਾ, ਉੱਥੇ ਪੇਸ਼ ਵੀ ਹੋ ਜਾਣਾ, ਉੱਥੇ ਅਰਦਾਸਾਂ ਵੀ ਹੋ ਜਾਣੀਆਂ, ਅਤੇ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਉਣਾ, ਪਰ ਲੋਕ ਇਸ ਗੱਲ ਤੋਂ ਪੂਰੀ ਤਰ੍ਹਾਂ ਜਾਣੂ ਹੋ ਚੁੱਕੇ ਹੈ। ਬਾਦਲ ਦੇ ਜਿਹੜੇ ਸਾਥੀ ਨੇ, ਜਿਹੜੇ ਬਾਕੀ ਦਲਜੀਤ ਚੀਮਾ ਹੋਣ, ਬਲਵਿੰਦਰ ਸਿੰਘ ਭੁੰਦੜ ਹੋਣ, ਹੋਰ ਤਮਾਮ ਜਿਹੜੇ ਲੀਡਰ ਨੇ, ਬਾਕੀ ਹੋਰ ਵੀ ਨੇ, ਕਹਿੰਦੇ ਵੀ ਜਿਹੜੇ ਇਹ ਬਾਕੀ ਨੇ ਇਹਨਾਂ ਪਿੱਛੇ ਬੀਜੇਪੀ ਹੈ, ਬੀਜੇਪੀ ਬੋਲ ਰਹੀ ਹੈ, ਉਹ ਸਾਰਾ ਕੁਝ ਕਰਵਾ ਰਹੀ ਹੈ, ਅਕਾਲੀ ਦਲ ਨੂੰ ਤੋੜਨਾ ਚਾਹੁੰਦੀ ਹੈ, ਐਸਜੀਪੀਸੀ ਨੂੰ ਤੋੜਨਾ ਚਾਹੁੰਦੀ ਹੈ, ਬੀਜੇਪੀ ਇਹਦੇ ਪਿੱਛੇ ਕੀ ਲੱਗਦਾ ਤੁਹਾਨੂੰ? ਇਹ ਤਾਂ ਹਾਸੋ ਹੀ ਨਹੀਂ ਜੀ ਗੱਲ, ਛੱਜ ਤਾਂ ਬੋਲੇ ਛਾਲਨੀ ਵੀ ਬੋਲੇ, ਬੀਜੇਪੀ ਨਾਲ ਸੰਬੰਧ ਕਿਹਨੇ ਸਭ ਤੋਂ ਪਹਿਲਾਂ ਬਣਾਇਆ ਸੀ? ਇਹ ਸਾਰੇ ਜਿੰਨੇ ਆ ਸਾਰੇ ਬੀਜੇਪੀ ਦੇ ਆ, ਇਹ ਸਾਰੇ ਨਾਗਪੁਰੀਏ ਆ, ਆਪਾਂ ਸਿਆਣੇ ਬੈਠੇ ਹਾਂ ਸਾਰੇ। ਫਿਰ ਉਸ ਟਾਈਮ ਕੀ ਸੁਖਬੀਰ ਸਿੰਘ ਦੀ ਪ੍ਰਕਾਸ਼ ਬੰਦ ਦੀ ਮਜਬੂਰੀ ਕੀ ਸੀ? ਗੁਰੂ ਵਾਲੇ ਫੜ ਕੇ ਅੰਦਰ ਕਰਦੇ, ਅੰਦਰ ਕਰਦੇ ਸਰਸਿਆਂ ਨੂੰ ਫੜ ਕੇ ਅੰਦਰ ਕਰਦੇ, ਤੁਸੀਂ ਪਿੱਛੇ ਚੱਲੋ, ਜਾਮੇ ਇੰਸਾ ਸਲਾਬਤਪੁਰੀ ਧਰਤੀ ਤੋਂ ਗੁੰਡਾਗਰਦੀ ਦਾ ਨਾਚਾ ਨੰਗਾ ਨਾਚ ਕਰਕੇ ਬੰਦਾ 3 ਘੰਟੇ ਉੱਥੇ ਰਿਹਾ ਹੋਵੇ, ਇਹਨਾਂ ਦੀ ਏਜੰਸੀ ਕਿੱਥੇ ਸੀ, IB ਕਿੱਥੇ ਸੀ, ਸਟੇਟ ਇੰਟੈਲੀਜੈਂਸੀ ਕਿੱਥੇ, CID ਕਿੱਥੇ ਸੀ, ਇਹਨਾਂ ਦਾ ਹੋਮ ਮਿਨਿਸਟਰੀ ਕਿੱਥੇ ਸੀ, ਇਹਦੀ ਚੀਫ ਮਿਨਿਸਟਰੀ ਕਾਹਦੀ ਹੈ, ਜੇ ਬੰਦੇ ਨੂੰ ਪਤਾ ਨਹੀਂ ਮੇਰੇ ਹਲਕੇ 'ਚ ਕੀ ਹੋ ਰਿਹਾ। ਜਦੋਂ ਹਾਜ਼ਰ ਨਾਜ਼ਰ ਗੁਰੂ ਆ, ਸੁਪਰੀਮ ਕੋਰਟ ਨੇ ਵੀ ਕਹਿ ਦਿੱਤਾ, ਭਾਵੇਂ ਸੁਪਰੀਮ ਕੋਰਟ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ, ਪਰ ਉਹਨੇ ਵੀ ਕਹਿ ਦਿੱਤਾ ਕਿ ਹਾਜ਼ਰ ਨਾਜ਼ਰ ਉਹਦੇ ਨਾਲ ਪ੍ਰੋਪਰਟੀ ਹੋ ਸਕਦੀ ਹੈ, ਅਤੇ ਫਿਰ ਇੱਕ ਬੰਦੇ ਨੂੰ ਬੰਦਾ ਮਾਰਦਾ ਹੈ ਉਹਦੇ ਲਈ ਤਾਂ 20 ਸਾਲ ਤਾਂ ਫਾਂਸੀ ਹੈ, ਅਤੇ ਜਿਹੜਾ ਗੁਰੂ ਦਾ ਕਰਦਾ ਉਹਦੇ ਲਈ ਇਹ ਕਾਨੂੰਨ ਕਿਉਂ ਨਹੀਂ ਚਾਹੀਦਾ? ਤਾਂ ਪਹਿਲਾਂ ਵੈਸੇ ਹੀ ਬਣ ਜਾਣਾ ਚਾਹੀਦਾ, ਉਹ ਭਾਵੇਂ ਬੇਦ ਵੀ ਗੀਤਾ ਸਾਹਿਬ ਦੀ ਕਰੇ, ਅਤੇ ਉਹ ਭਾਵਾਂ ਕੁਰਾਨ ਦੀ ਕਰੇ, ਅਤੇ ਭਾਵਾਂ ਕਿਸੇ ਦੀ ਕਰੇ, ਕਾਨੂੰਨ ਹੋਣਾ ਚਾਹੀਦਾ। ਕਈ ਐਂ ਵੀ ਕਹਿੰਦੇ ਨੇ ਵੀ ਤਾਂ ਮੰਦਬੁੱਧੀ ਆ, ਜਾਂ ਬੇਅਦਬੀਆਂ ਹੋ ਜਾਂਦੀਆਂ ਨੇ, ਫੜ ਲੈਂਦੇ ਨੇ, ਕਹਿੰਦੇ ਮੰਦਬੁੱਧੀ। ਮੰਦਬੁੱਧੀ ਬੰਦਾ ਆਪਦੇ ਘਰ ਦੇ ਵਿੱਚ ਕੋਈ ਕਣਕ ਕੁਣਕ ਪਈ ਹੁੰਦੀ ਆ, ਉਹ ਕਿ ਨਹੀਂ ਬਣਦਾ? ਅਤੇ ਇਹ ਮੰਦਬੁੱਧੀ, ਇਕੱਲਾ ਮੰਦਬੁੱਧੀ ਫਿਰ ਕੁਰਾਨ ਸ਼ਰੀਫ ਕਿਉਂ ਨਹੀਂ ਚੱਕਦਾ? ਮੰਦਬੁੱਧੀ ਬੰਦਾ ਗੀਤਾ ਨੂੰ ਹੱਥ ਕਿਉਂ ਨਹੀਂ ਲਾਉਂਦਾ?
ਮੰਦਬੁੰਦੀ ਦਾ ਬਾਈਬਲ ਨੂੰ ਕਿਉਂ ਹੱਥ ਲਾਉਂਦੇ? ਅਸੀਂ ਕਹਿੰਦੇ ਨਹੀਂ ਲਾਉਣਾ ਚਾਹੀਦਾ, ਨਾ ਅਸੀਂ ਲਾਉਣ ਦੇਵਾਂਗੇ, ਪਰ ਇਹ ਇਕੱਲੇ ਗੁਰੂ ਗ੍ਰੰਥ ਨੂੰ ਕਿਉਂ ਆ? ਅਕਾਲੀ ਦਲ ਇੱਕ ਵਾਰ ਫਿਰ ਦੋ ਧੜਿਆਂ ਦੇ ਵਿੱਚ ਵੰਡਿਆ ਗਿਆ। ਹੁਣ ਦੋਵੇਂ ਧੜੇ ਇੱਕ ਦੂਜੇ 'ਚ ਇਲਜ਼ਾਮ ਲਗਾ ਰਹੇ ਨੇ, ਚਾਹੇ ਉਹ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਹੋਣ, ਬੀਬੀ ਜਗੀਰ ਕੌਰ, ਢੀਂਡਸਾ ਪਰਿਵਾਰ, ਬਡਾਲਾ ਪਰਿਵਾਰ, ਤਲਵੰਡੀ ਪਰਿਵਾਰ, ਜੇ ਸਾਰੇ ਇਹ ਜਿਹੜੇ ਪਰਿਵਾਰ ਨੇ, ਹੁਣ ਇਹ ਕਹਿ ਰਹੇ ਨੇ ਕਿ ਜਿਹੜੀ ਚਿੱਠੀ ਲਿਖੀ ਸੀ ਬਲਾਤਕਾਰੀ ਸੌਦਾ ਸਾਧ ਨੂੰ, ਇਹਨਾਂ ਦੇ ਵਿੱਚੋਂ ਲਿਖਾਈ ਗਈ ਤਾਂ ਫਿਰ ਉਹਨਾਂ ਨੂੰ ਮਾਫ਼ੀ ਦਿੱਤੀ ਗਈ, ਫਿਰ 90 ਲੱਖ ਦੇ ਹਥਿਆਰ ਦਿੱਤੇ ਗਏ। ਹੁਣ ਇਲਜ਼ਾਮਬਾਜ਼ੀਆਂ ਦਾ ਦੌਰ ਵੀ ਲਗਾਤਾਰ ਜਾਰੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਮਾਮਲਾ ਪਹੁੰਚ ਚੁੱਕਿਆ, ਤਾਂ ਸੁਖਬੀਰ ਬਾਦਲ ਨੂੰ ਵੀ ਤਲਬ ਕੀਤਾ ਗਿਆ। ਇਸ ਮਸਲੇ 'ਤੇ ਗੱਲਬਾਤ ਕਰਨ ਲਈ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਫਤਿਹ ਦੇ ਪ੍ਰਧਾਨ ਜਸਕਰਨ ਸਿੰਘ ਕਾਨ ਸਿੰਘ ਬਾਲਾ ਸਾਡੇ ਨਾਲ ਮੌਜੂਦ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕਾਨ ਸਿੰਘ ਬਾਲਾ ਸਾਹਿਬ, ਕਿਸ ਤਰ੍ਹਾਂ ਦੇਖਦੇ ਹੋ ਹੁਣ ਖੁੱਲ੍ਹ ਕੇ ਗੱਲਾਂ ਉਹ ਆ ਰਹੀਆਂ ਨੇ ਬਾਹਰ, ਜਿਹੜੇ ਲੀਡਰ ਪਹਿਲਾਂ ਬੋਲਦੇ ਨਹੀਂ ਸੀ, ਜਿਨ੍ਹਾਂ ਨੇ ਕੁਰਸੀਆਂ ਵੀ ਹੰਡਾਈਆਂ ਨੇ, ਸੱਤਾ ਵੀ ਹੰਡਾਈ ਆ, ਉਹ ਕਹਿੰਦੇ ਨੇ ਹੁਣ ਚਿੱਠੀ ਆਹ ਬੰਦੇ ਨੇ ਲਿਖੀ ਸੀ, ਇਹਨੇ ਮਾਫ਼ੀਨਾਮਾ ਤਿਆਰ ਕੀਤਾ ਸੀ। ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ ਹੁੰਦੀ, ਕੂੜਨ ਕੁੱਟੇ ਨਾਨਕਾ ਓੜਕ ਸੱਚ ਰਹੀ। ਮਹਾਰਾਜ ਕਹਿੰਦੇ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ, ਮਹਾਰਾਜ ਕਹਿ ਰਹੇ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇ ਤਾਂ ਕਿਛ ਖਾਏ। ਪਹਿਲਾਂ ਤਾਂ ਇਹ ਸ਼੍ਰੋਮਣੀ ਅਕਾਲੀ ਦਲ ਹੈ ਹੀ, ਹੋਰ ਹੈ ਕੀ ਹੈ, ਇਹ ਹੈ ਬਾਦਲ ਦਲ, ਇਹ ਫੋਰ ਆਫ ਗੈਂਗ ਸੀਗਾ, ਇਹਨੂੰ ਚਾਰ ਜਣੇ ਚਲਾਉਂਦੇ ਸੀ ਪਹਿਲਾਂ, ਇੱਕ ਤਾਂ ਪ੍ਰਕਾਸ਼ ਸਿੰਘ ਬਾਦਲ, ਇੱਕ ਸੁਖਬੀਰ ਸਿੰਘ ਜੀ ਬਾਦਲ, ਇੱਕ ਬਿਕਰਮਜੀਤ ਸਿੰਘ ਜੀ ਮਜੀਠੀਆ, ਅਤੇ ਬੀਬਾ ਜੀ ਹਰਸਿਮਰਤ ਕੌਰ। ਹੁਣ ਇਹਨੂੰ ਚਲਾਉਂਦੇ ਆ ਤਿੰਨ ਜਣੇ, ਬਾਦਲ ਸਾਹਿਬ ਚਲੇ ਗਏ ਨੇ, ਸਾਰਿਆਂ ਨੇ ਚਲੇ ਜਾਣਾ, ਹੁਣ ਸੁਖਬੀਰ ਸਿੰਘ ਚਲਾਉਂਦੇ ਨੇ, ਬੀਬਾ ਹਰਸਿਮਰਤ ਚਲਾਉਂਦੇ ਨੇ ਅਤੇ ਮਜੀਠੀਆ ਸਾਹਿਬ ਚਲਾਉਂਦੇ ਨੇ। ਅਤੇ ਜਦੋਂ ਫਿਰ ਬੰਦੇ ਨੂੰ ਇੱਕ ਪਾਰਟੀ ਨੂੰ ਤਿੰਨ ਜ਼ਿਆਦਾ ਚਲਾਉਣ 'ਤੇ ਪਰਿਵਾਰਵਾਦ ਹੋਵੇ ਅਤੇ ਉਹ ਫਿਰ ਪਰਿਵਾਰ ਦੀ ਪਾਰਟੀ ਹੈ, ਉਹ ਪੰਥ ਦੀ ਪਾਰਟੀ ਤਾਂ ਪਹਿਲਾਂ ਹੀ ਹੈ ਨਹੀਂ, ਐਵੇਂ ਲੋਕ ਕਹੀ ਜਾਂਦੇ ਪੰਥ ਦੀ ਪਾਰਟੀ, ਪੰਥ ਦੀ ਪਾਰਟੀ, ਪੰਥ ਦੀ ਤਾਂ ਇਹ ਹੈ ਹੀ ਨਹੀਂ। ਇਸ ਕਰਕੇ ਇੱਕ ਪਰਿਵਾਰ ਦੀ ਪਾਰਟੀ ਸੀ, ਹੁਣ ਪਰਿਵਾਰ ਦੇ ਤਿੰਨ ਜੀ ਚਲਾ ਰਹੇ ਹੈ ਅਤੇ ਜਿਹੜੇ ਇਲਜ਼ਾਮ ਤਰਾਸ਼ੀ ਹੈ, ਇੱਕ ਡਰਾਮਾ, ਮੈਚ ਡਰਾਮਾ, ਬਿਲਕੁਲ ਮੈਚ ਡਰਾਮਾ। ਇਹ ਸਾਰਾ ਕੁਛ ਸੁਖਬੀਰ ਨੂੰ ਦੁਬਾਰਾ ਤਕੜਾ ਕਰਨ ਲਈ ਹੋਇਆ, ਦੁਬਾਰਾ, ਕਿਉਂਕਿ ਚਾਰ ਸਵੇਰੇ ਗੱਲ ਚੱਲ ਰਹੀ ਹੈ, ਹੁਣ ਜ਼ਬਾਨ ਤਾਂ ਇਹਨਾਂ ਦੀਆਂ ਜਵਾਬ ਜ਼ਬਤ ਹੋ ਗਈਆਂ, ਲੋਕਾਂ ਨੇ ਬਿਲਕੁਲ ਨਕਾਰਤਾ। ਜਲੰਧਰ 'ਚ ਮਹਾਰਾਜ ਨੇ ਕੀ ਕੀਤਾ, ਕ੍ਰਿਸ਼ਮਾ ਇਹਨੇ ਬਾਦਲ ਦਲ ਦੀ ਇੱਕ ਬੀਬੀ ਖੜੀ ਕਰਤੀ, ਉਹ ਬਾਗੀਆਂ 'ਚ ਇਹਨਾਂ ਸਾਬਕਾ ਬੰਦਿਆਂ ਚਲੀ ਗਈ ਅਤੇ ਉਸੇ ਮੂੰਹ ਨਾਲ ਸੁਖਬੀਰ ਨੇ ਕਿਹਾ ਕਿ ਇਹ ਜੀ ਤੱਕੜੀ ਨੂੰ ਵੋਟ ਨਹੀਂ ਪਾਉਣੀ, ਜਿਹੜਾ ਕਹਿੰਦੇ ਤੱਕੜੀ ਤੱਕੜੀ ਕਰਦਾ ਸੀ, ਮਹਾਰਾਜ ਨੇ ਕਿਹਾ ਤੱਕੜੀ ਨੂੰ ਵੋਟ ਨਹੀਂ ਪਾਉਣੀ, ਹਾਥੀ ਨੂੰ ਪਾਉਣੀ ਹੈ। ਕਿਹਾ ਨਾ, ਕਦੇ ਦੇਖਿਆ ਸੀ ਅਜਿਹਾ ਕੁਛ? ਹਾਂ, ਕਦੇ ਦੇਖਿਆ? ਮਹਾਰਾਜ ਨੇ ਆਪ ਕਹਾਇਆ ਵੀ ਇਹ ਤੱਕੜੀ ਨੂੰ ਨਹੀਂ ਪਾਉਣੀ, ਕਿੱਥੇ ਕਿਹਾ? ਜਲੰਧਰ 'ਚ ਕਿਹਾ। ਅਤੇ ਫਿਰ ਕੀ ਹਾਥੀ ਨੂੰ ਪਾਉਣੀ ਹੈ, ਅਤੇ ਹਾਥੀ ਦੀ ਕਿੰਨੀਆਂ ਰਹਿ ਗਈਆਂ ਜੀ? ਇਸ ਕਰਕੇ ਇਹ ਸਾਰਾ ਕੁਛ ਰੱਬ ਦੇ ਘਰ ਦੇਰ ਜ਼ਰੂਰ ਹੁੰਦਾ, ਅੰਧੇਰ ਨਹੀਂ ਹੁੰਦਾ। ਇੱਕ ਤਾਂ ਅਸੀਂ ਕਹਿੰਦੇ ਜਿਹੜੀ ਅਸੀਂ ਗੱਲ ਕਹਿੰਦੇ ਸੀ ਲਗਾਤਾਰ, ਸਾਨੂੰ ਪਤਾ ਕੀ ਕਹਿੰਦੇ ਸੀ? ਇਹ ਤਾਂ ਜੀ ਕਲੇਸ਼ੀ ਬੰਦੇ ਆ, ਇਹ ਤਾਂ ਜੀ ਜਰਦੇ ਨਹੀਂ, ਇਹ ਤਾਂ ਝੂਠ ਬੋਲਦੇ ਆ, ਇਹ ਤਾਂ ਜੀ ਇਲਜ਼ਾਮ ਤਰਾਸ਼ੀ ਕਰਦੇ ਆ, ਇਹ ਤਾਂ ਜੀ ਮਾਹੌਲ ਖਰਾਬ ਕਰਦੇ ਆ, ਇਹ ਤਾਂ ਜੀ ਐਵੇਂ ਸੜਕਾਂ ਰੋਕ ਲੈਂਦੇ ਆ, ਇਹ ਤਾਂ ਜੀ ਐਵੇਂ
ਵੱਡੇ ਵੱਡੇ ਹਰੀ ਕਾ ਪੱਤਨ ਲੋਕ ਲੈਂਦੇ ਆ। ਹਰੀ ਕਾ ਪੱਤਨ ਸੁਖਬੀਰ ਬਾਦਲ ਸਾਨੂੰ ਸ਼ਰਾਰਤੀ ਕਹਿੰਦੇ ਹੁੰਦੇ ਸੀ, ਸੁਖਬੀਰ ਬਾਦਲ ਹਰੀ ਕਾ ਪੱਤਨ ਤੇ ਬੈਠਾ, ਬਿਲਕੁਲ ਬੈਠੇ ਤੇ ਬੈਠ ਕੇ ਮਹਾਰਾਜ ਨੇ ਕਿਹਾ ਲੈ ਭਾਈ ਹੈਂ, ਇਹ ਕਹਿੰਦਾ ਵਿਹਲੜਾ ਉੱਥੇ ਕੱਟ ਹੈਗਾ ਯਾਰ, ਇਹਨਾਂ ਦੀਆਂ ਧਰਮ ਪਤਨੀ ਘਰ ਵਾਲੇ ਵੀ ਨੀ ਰੋਕਦੇ, ਤੇ ਇਸ ਕਰਕੇ ਉਹ ਵੀ ਰਾਤ ਬੈਠਾ ਉੱਥੇ ਬੈਠਾ। ਮਹਾਰਾਜ ਨੇ ਵਿਖਾਇਆ, ਉਸ ਤੋਂ ਬਾਅਦ ਮਹਾਰਾਜ ਨੇ ਕੀ ਵਿਖਾਇਆ, ਮਹਾਰਾਜ ਨੇ ਸਾਰੇ ਚੱਕਰ ਦੇ ਵਿੱਚ ਦੀ ਕੱਢਤਾ। ਤੇ ਫਿਰ ਹੁਣ ਤੁਸੀਂ ਦੇਖੋ, ਅੱਜ ਕਹਿ ਰਿਹਾ ਹੁਣ ਮੈਨੂੰ ਕਹਿਣਾ, ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਵੀ ਜਦੋਂ ਚੰਦੂ ਮਾਜਰਾ ਸਾਹਿਬ ਚੋਣ ਲੜੇ ਸੀ, ਆ ਹੁਣੇ ਲੜਕੇ ਦੇ ਹਾਂ ਬਿਲਕੁਲ ਅਨੰਦਪੁਰ ਸਾਹਿਬ, ਉਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਕਰਨ ਕਰਾਉਣ ਵਾਲੇ ਕਿੱਥੇ ਸੀ, ਮਾਫੀ ਦੇਣ ਵਾਲੇ? ਉਦੋਂ ਕਿਉਂ ਨੀ ਬੋਲਿਆ? ਉਸੇ ਚੋਣ ਵੇਲੇ ਬੀਬੀ ਜਗੀਰ ਕੌਰ ਇਕੱਠੀ ਸੀ, ਕਿਉਂ ਨੀ ਬੋਲੇ? ਸੁਖਬੀਰ ਬਾਦਲ ਦੀ ਧਰਮ ਪਤਨੀ ਬਠਿੰਡੇ ਤੇ ਚੋਣ ਲੜ ਰਹੀ ਸੀ, ਇਹ ਸਾਰੇ ਕਿਉਂ ਨੀ ਬੋਲੇ? ਉੱਥੇ ਜਾ ਕੇ ਵਿਰੋਧ ਕਿਉਂ ਨੀ ਕੀਤਾ? ਉਦੋਂ ਫਿਰ ਕਿਉਂ ਨੀ ਕਿਹਾ ਕਿ ਸਰਸੇ ਵਾਲੇ ਨੂੰ ਮਾਫੀ ਦੇਣ ਤੇ ਦਾਉਣ ਵਾਲੇ ਹੈ? ਜਦੋਂ ਅਸੀਂ ਕਹਿੰਦੇ ਸੀ ਸਰਸੇ ਵਾਲੇ ਸਾਧ ਨੂੰ ਛੱਡਣ ਵਾਲੇ ਮਾਫੀ ਦੇਣ ਵਾਲੇ, ਗਲਤ ਮਾਫੀਨਾਮਾ ਇਹਨਾਂ ਨੇ ਦਵਾਇਆ, ਤੇ ਫਿਰ ਆ ਮੈਂ ਬੈਠਾ, ਮੇਰੇ ਤੇ ਲੱਕੜਾ ਚੋਰੀ ਦਾ ਪਰਚੀ ਪਾਇਆ, ਲੱਕੜਾ ਚੋਰੀ ਦਾ, ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਲੜਾਈ ਲੜ ਰਹੇ, ਤੇ ਲੱਕੜਾ ਚੋਰੀ ਦਾ ਪਰਚਾ ਮੇਰੇ ਤੇ ਵੀ ਪਾਤਾ, ਆ ਗੁਰਦੀਪ ਸਿੰਘ ਬਠਿੰਡਾ ਦੇ ਵੀ ਪਾਤਾ, ਮੋਗਲ ਸਿੰਘ ਦੇ ਪਾਤਾ, ਠੀਕ ਹੈ ਜੀ, ਸਾਡੇ ਤੇ ਲੱਕੜਾ ਚੋਰੀ ਦਾ ਪਰਚਾ ਤੇ ਦੇਸ਼ ਧਰੋਈ, ਹਜੇ ਤੱਕ ਸਾਡੇ ਤੇ ਦੇਸ਼ ਧਰੋਈ ਦਾ ਪਰਚਾ ਦਰਜ ਹੈ ਗੁਰੂ ਦੀ ਬੇਅਦਬੀ ਲਈ ਲੜਨ ਵਾਲੇ। ਤੇ ਫਿਰ ਭਾਈ ਉਦੋਂ ਚੰਦੂ ਮਾਜਰਾ ਸਾਹਿਬ ਕਿਉਂ ਨੀ ਬੋਲੇ ਵੀ ਇਹਨਾਂ ਬੰਦਿਆਂ ਤੇ ਪਰਚਾ ਪਾਇਆ? ਫਿਰ ਉਦੋਂ ਢੀਂਡਸਾ ਸਾਹਿਬ ਕਿਉਂ ਨੀ ਬੋਲੇ? ਉਦੋਂ ਬੀਬੀ ਜਗੀਰ ਕੌਰ ਕਿਉਂ ਨੀ ਬੋਲੀ? ਉਦੋਂ ਜਿਹੜਾ ਇਹ ਸਾਰਾ ਵਡਾਲਾ ਸਾਹਿਬ ਦਾ ਗਰੁੱਪ, ਉਦੋਂ ਕਿਉਂ ਨੀ ਬੋਲੇ? ਇਸ ਕਰਕੇ ਹੁਣ ਇਹ ਬਾਦਲ ਦਲ ਨੂੰ ਢਾਲ ਲੱਗ ਰਹੀ ਸੀ, ਲੋਕਾਂ ਦਾ ਮੋਹ ਭੰਗ ਹੋ ਗਿਆ ਸੀ ਜਮਾਂ। ਹੁਣ ਪਤਾ ਕੀ ਹੈ, ਇਹ ਇਹਨਾਂ ਨੇ ਆਪਣੀ ਪਾਰਟੀ ਨੂੰ ਬਾਦਲ ਦਲ ਨੂੰ ਬਚਾਉਣ ਦੇ ਲਈ, ਉਹ ਕਹਿੰਦਾ ਆਪਾਂ ਸੁਖਬੀਰ ਨੂੰ ਡਰਾਮੇ ਤੇ ਕਸੰਧੀ ਤਹਿਤ ਕਹਿੰਦੇ ਮਾੜਾ ਕਹਿ ਦਿਓ, ਮਾੜਾ ਕਹਿ ਦਿਓ। ਉਹ ਕਹਿੰਦਾ ਨਾ ਨਾ ਨਾ, ਉਹ ਕਹਿੰਦਾ ਯਾਰ ਚੰਦੂਬਾਦ ਸਾਹਿਬ ਵੀ ਮਾੜਾ ਕਹਿਣ ਲੱਗ ਪਏ ਆ, ਕਹਿੰਦਾ ਜੀ ਢੀਂਡਸਾ ਸਾਹਿਬ ਵੀ ਕਹਿਣ ਲੱਗ ਪਏ ਆ, ਇਹ ਤਾਂ ਜੀ ਕਹਿੰਦੇ ਬੀਬੀ ਜਗੀਰ ਕੌਰ ਜੀ ਵੀ ਕਹਿਣ ਲੱਗ ਪਏ ਆ, ਕਹਿੰਦਾ ਜੀ ਹੁਣ ਤਾਂ ਸਾਰੇ ਕਹਿਣ ਲੱਗ ਪਏ ਆ। ਉਹ ਫਿਰ ਜਿਹੜੇ ਬੰਦੇ ਨੇ ਟੁੱਟਣਾ ਹੁੰਦਾ ਨਾ, ਉਹ ਕਹਿੰਦਾ ਇਹ ਤਾਂ ਸੱਚੀ ਗੱਲ, ਤੂੰ ਮੇਰੇ ਨਾਲ ਰਹਿ ਜਾ। ਇੱਕ ਗਰੁੱਪ ਚੰਦੂ ਮਾਜਰੇ ਨੇ ਆਪਦਾ ਗਰੁੱਪ ਰੱਖ ਲੈਣਾ, ਉਦੋਂ ਬਾਅਦ ਬੀਬੀ ਜਗੀਰ ਕੌਰ ਨੇ ਆਪਦਾ ਗਰੁੱਪ ਰੱਖ ਲੈਣਾ, ਉਦੋਂ ਬਾਅਦ ਜਿਹੜਾ ਢੀਂਡਸਾ ਸਾਹਿਬ ਨੇ ਉਹਨੇ ਆਪਦਾ ਗਰੁੱਪ ਰੱਖ ਲੈਣਾ, ਇਹ ਸਾਰੇ ਤੋੜ ਕੇ ਜਿਹੜੇ ਟੁੱਟੇ ਭੱਜੇ ਨੇ ਗਰੁੱਪ ਰੱਖ ਲੈਣਾ। ਇਹ ਫੇਰ ਜਿਵੇਂ ਬ੍ਰਹਮਪੁਰਾ ਸਾਹਿਬ ਟੁੱਟੇ, ਬਾਦਲ ਦਲ 'ਚ ਫੇਰ ਆ ਗਏ, ਫਿਰ ਰਤਨ ਸਿੰਘ ਟੁੱਟਿਆ ਬਾਦਲ ਦਲ 'ਚ, ਫਿਰ ਚੰਦੂ ਮਾਜਰਾ ਸਾਹਿਬ ਟੁੱਟੇ, ਸਰਬਿੰਦ ਬਣਾਇਆ ਟੌੜਾ ਸਿਰ ਟੁੱਟੇ, ਸਰਬਿੰਦ ਬਣਾਇਆ ਫਿਰ ਉਸੇ ਦਲ 'ਚ, ਫਿਰ ਉਸ ਤੋਂ ਬਾਅਦ ਢੀਂਡਸਾ ਸਾਹਿਬ ਟੁੱਟੇ, ਇਕੱਠ ਕੀਤਾ ਡੈਮੋਕ੍ਰੈਟਿਕ ਬਣਾਇਆ, ਫਿਰ ਉਸ ਦਲ 'ਚ ਫਿਰੇ। ਹੁਣ ਚੋਣਾਂ ਦੇ ਵਿੱਚ ਤਾਂ ਸੰਗਰੂਰ ਦੇ ਉਹਦੇ ਤਾਂ ਰੌਲਾ ਪਾਇਆ ਨਹੀਂ, ਉੱਥੇ ਪਾਉਂਦੇ ਸਾਰੇ, ਇਹ ਸਾਰੇ ਇਕੱਠੇ ਹੋ ਕੇ ਉਸ ਦਲ ਨੂੰ ਬਚਾਉਣ ਤੇ ਲੱਗੇ ਹੋਏ ਆ। ਇੱਕ ਮੈਜ ਡਰਾਮਾ, ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ, ਜਿਹੜੇ ਬੰਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰ, ਚਲੋ ਜੀ ਮੈਂ ਕਹਿਣਾ ਵੀ ਇਹ ਬਾਦਲ ਦਲ ਦਾ ਇੱਕ ਪਰਿਵਾਰ ਹੈ, ਇਹਨੇ ਬਹੁਤ ਵਧੀਕੀਆਂ ਕਿਤੇ ਕੀਤੀਆਂ, ਅਸੀਂ ਤਾਂ ਪਹਿਲਾਂ ਕਹਿੰਦੇ ਸੀ, ਫਿਰ ਸਾਡੇ ਮਗਰ ਕਿਉਂ ਨੀ ਲੱਗੇ? ਇਹਦਾ ਮਤਲਬ ਸੱਚੇ ਤਾਂ ਅਸੀਂ ਸੀ ਨਾ, ਜਿਹੜਾ
ਤੁਸੀਂ ਰੌਲਾ ਪਹਿਲਾਂ ਪੈਂਦੇ ਸੀ 2015 ਚ ਸੀ ਤੇ 8 ਸਾਲ ਬਾਅਦ ਤੁਸੀਂ ਹੁਣ ਰੌਲਾ ਪਾਈ ਜਾਂਦੇ ਹੋ। ਤੁਹਾਨੂੰ ਤਾਂ ਏਜੰਟੀ ਕਹਿੰਦੇ ਰਹੇ ਵੀ ਸਾਨੂੰ ਤਾਂ ਬਹੁਤ ਕੁਝ ਕਹਿੰਦੇ ਰਹੇ ਆ ਇਹ ਜੀ, ਕਦੇ ਸਾਨੂੰ ਕਿਸੇ ਦਾ ਪਿੱਠੂ ਦੱਸਦੇ, ਕਦੇ ਕਿਸੇ ਦਾ ਪਿੱਠੂ ਦੱਸਦੇ, ਕਦੇ ਕਿਸੇ ਦਾ ਦੱਸਦੇ। ਹੁਣ ਤੁਸੀਂ ਦੱਸੋ, ਹੁਣ ਜਿਹੜੀ ਅਸੀਂ ਗੱਲ ਕਹਿੰਦੇ ਸੀ ਉਹ ਸੱਚੀ ਆ ਕਿ ਜਿਹੜੀ ਤੁਸੀਂ ਕਹਿੰਦੇ ਛੱਡੀ? ਹੁਣ ਫਿਰ ਤੁਸੀਂ ਦੱਸੋ ਵੀ ਛੱਡ ਕੇ ਜਾਣਾ ਕਿੱਧਰ ਹੈ? ਤੁਸੀਂ ਦੱਸੋ ਛੱਡ ਕੇ ਜਾਣਾ ਕਿੱਧਰ ਹੈ? ਹੁਣ ਇਹ ਕਹਿੰਦੇ ਆ ਇੱਕ ਕਾਲ ਤਖ਼ਤ ਤੇ ਗਏ ਜਥੇਦਾਰ ਸਾਹਿਬ ਨੂੰ, ਰਘਵੀਰ ਸਿੰਘ ਨੂੰ ਇੱਕ ਚਿੱਠੀ ਦਿੱਤੀ, ਕਿਉਂਕਿ ਸਾਡਾ ਜਥੇਦਾਰ ਤਾਂ ਕੌਮ ਨੇ ਤਾਂ ਭਾਈ ਜਗਤਾਰ ਸਿੰਘ ਹਵਾਰੇ ਨੇ ਚੁਣਿਆ ਜਿੱਥੇ ਆਪਾਂ ਬੈਠੇ ਹਾਂ, ਠੀਕ ਹੈ। ਫਿਰ ਉਦੋਂ ਜਦੋਂ 90 ਲੱਖ ਦੇ ਇਸ਼ਤਿਹਾਰ ਦਿੱਤੇ ਸੀ ਉਦੋਂ ਇਹ ਸਾਰੇ ਕਿਉਂ ਨਹੀਂ ਬੋਲੇ? ਇਹ ਸਾਰੇ ਕਿਉਂ ਨਹੀਂ ਬੋਲੇ ਜਦੋਂ ਸਰਸਿਆਰੇ ਸਾਹ ਸਰਸੇ ਨੂੰ ਬਿਨਾਂ ਮੰਗਿਆ ਮਾਫ਼ੀ ਦਿੱਤੀ ਸੀ ਉਦੋਂ ਕਿਉਂ ਨਹੀਂ ਬੋਲੇ? ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਤੇ ਉਦੋਂ ਇਹਨਾਂ ਨੇ ਰਿਜ਼ਾਈਨ ਸਾਰਿਆਂ ਨੇ ਕਿਉਂ ਨਹੀਂ ਦਿੱਤੇ? ਗੁਰੂ ਵੱਡਾ ਸੀ ਕਿ ਬਾਦਲ ਕੇ ਵੱਡੇ ਸੀ? ਉਦੋਂ ਰਿਜ਼ਾਈਨ ਕਿਉਂ ਨਹੀਂ ਦਿੱਤੇ? ਸਾਡੀ ਸੁਣਵਾਈ ਨਹੀਂ? ਹਾਂ, ਦੋ ਸਿੰਘਾਂ ਨੇ ਭਾਈ ਕ੍ਰਿਸ਼ਨ ਭਗਵਾਨ, ਭਾਈ ਗੁਰਜੀਤ ਸਿੰਘ ਗੋਲੀਆਂ ਸਿੱਧੀਆਂ ਮਾਰੀਆਂ, ਉਦੋਂ ਫਿਰ ਕਿਉਂ ਨਹੀਂ ਬੋਲੇ? ਫਿਰ ਲੱਕੜਾਂ ਚੋਰੀ ਦੇ ਪਰਚੇ ਹੋਏ, ਮੈਂ ਦੁਬਾਰਾ ਰਿਪੀਟ ਕਰਦਾ, ਉਦੋਂ ਕਿਉਂ ਨਹੀਂ ਬੋਲੇ? ਇਸ ਕਰਕੇ ਹੁਣ ਤਾਂ ਜਥੇਦਾਰ ਜੀ ਨੇ ਵੀ ਬੁਲਾ ਲਿਆ, ਸੁਖਬੀਰ ਕਹਿੰਦਾ ਮੈਂ ਪਿੱਛੋਂ ਤਲਬ ਕੀਤਾ, ਇਹ ਇੱਕ ਡਰਾਮਾ ਹੈ, ਕੀ ਹੋਊਗਾ? ਹਾਂ ਜੀ, ਤਲਬ ਕਰ ਲਿਆ। ਸੁਖਬੀਰ ਉੱਥੇ ਆ ਕੇ ਕਹੂਗਾ ਹਾਂ, ਕਹਿੰਦਾ ਫਟਾਫਟ ਕਹਿ ਗਿਆ, ਜਦੋਂ ਸਾਡੇ 'ਤੇ ਲੱਕੜਾਂ ਚੋਰੀ ਸੀ ਉਦੋਂ ਤਾਂ ਤਲਬ ਨਹੀਂ ਹੋਇਆ, ਜਦੋਂ ਗੁਰੂ ਦੀ ਬੇਅਦਬੀ ਕੀਤੀ ਅਤੇ ਕਰਾਈ ਉਦੋਂ ਤਾਂ ਤਲਬ ਨਹੀਂ ਹੋਇਆ। 8 ਸਾਲ ਬਾਅਦ ਇਹਨਾਂ ਨੂੰ ਯਾਦ ਆ ਗਿਆ, ਹੁਣ ਯਾਦ ਆ ਗਿਆ, ਕਿਉਂ? ਕਿਉਂਕਿ ਜ਼ਮੀਨ ਪੈਰਾਂ ਥੱਲੋਂ ਖਿਸਕ ਗਈ ਹੈ, ਉਹਨੂੰ ਕਾਇਮ ਰੱਖਣ ਦੇ ਲਈ ਇਹਨਾਂ ਨੇ ਸਾਰਾ ਕੰਮ ਕੀਤਾ ਹੈ। ਹੁਣ ਤੁਸੀਂ ਦੱਸੋ, ਹੁਣ ਜਾਣਗੇ ਕੀ ਹੋਊਗਾ? ਜਾਣਗੇ? ਦੱਸੋ ਜੀ, ਸੁਖਬੀਰ ਨੇ ਕੀ ਕਹਿਣਾ ਡਰਾਮਾ? ਉਹ ਕਹਿੰਦਾ ਖੈੜਾ ਨਹੀਂ ਛੁੱਟਣਾ ਉਹਨੇ ਦੇ ਬਿਨਾਂ, ਪਹਿਲਾਂ ਬੰਦੀ ਸਿੰਘਾਂ ਮਾਰੇ ਸੀ, ਬੰਦੀ ਸਿੰਘਾਂ ਮਾਰੇ ਕੀ ਹੋਊਗਾ? ਬੰਦੀ ਸਿੰਘਾਂ ਮਾਰੇ ਪਹਿਲਾਂ ਆਪ ਤਾਂ ਇਹਨਾਂ ਨੇ ਬੰਦੀ ਬਣਾਇਆ, ਅਤੇ ਫਿਰ ਮੈਨੂੰ ਦੱਸੋ ਜਦੋਂ ਇਹਨਾਂ ਦੀ ਸਰਕਾਰ ਸੀਗੀ ਪ੍ਰਧਾਨ ਮੰਤਰੀ ਆਇਆ ਸੀ ਉੱਥੇ ਅਤੇ ਉਹਨੇ ਕਿਹਾ ਮੈਂ ਰਿਹਾ ਕਰੂੰਗਾ, ਅਤੇ ਬਾਦਲ ਦੀ ਸਰਕਾਰ ਸੀ ਉਦੋਂ ਤਾਂ ਅਸੀਂ ਧਰਨੇ ਲੱਗੇ, ਅਸੀਂ ਰਿਹਾ ਕਰਾਏ ਆ, ਉਦੋਂ ਜੇਲ੍ਹ ਤਬਦੀਲੀਆਂ ਧਰਨੇ ਲੱਗੇ ਕਰਾਈ ਹੈ, ਅਤੇ ਫਿਰ ਉਦੋਂ ਨਾ ਤਾਂ ਬੰਦੀ ਸਿੰਘਾਂ ਦਾ ਇਹਨਾਂ ਨੇ ਮਸਲਾ ਹੱਲ ਕੀਤਾ ਨਾ ਗੁਰੂ, ਹੁਣ 328 ਸਰੂਪ ਗਾਇਬ ਹੋ ਗਏ, ਚੋਰੀ ਕਰ ਲਏ, ਅਤੇ ਇੱਕ ਚੋਰੀ ਕਰ ਲਏ ਹੈ, ਅਤੇ ਜੇ ਉਹਦੇ 'ਤੇ ਫੌਜਦਾਰੀ ਮੁਕੱਦਮਾ ਦਰਜ ਹੋਵੇ ਕਿੱਡੀ ਗੱਲ, ਮੰਗਦਾ ਵੀ ਫੌਜਦਾਰੀ ਮੁਕੱਦਮਾ ਦਰਜ ਹੋਏ, ਕਹਿੰਦੇ ਜੀ ਉਹਦੇ ਵਿੱਚ ਸਾਡਾ ਦਖਲ ਹੈ, ਅਤੇ ਜਦੋਂ ਬਾਈ ਜੀ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਕੱਠ ਹੁੰਦਾ ਉਦੋਂ ਬਾਹਰ ਦੀਆਂ ਏਜੰਸੀਆਂ ਆਉਂਦੀਆਂ, ਬਾਹਰ ਦੀਆਂ ਬੈਠ ਕੇ ਗੱਲਬਾਤ ਕਰਦੀਆਂ, ਅਤੇ ਫਿਰ ਭਾਈ ਉਦੋਂ ਚਿੱਟ ਕੱਪੜੀ ਪੁਲਿਸ ਵਾਲੇ ਆਉਂਦੇ ਆ ਅਤੇ ਦਰਬਾਰ ਸਾਹਿਬ ਦੇ ਵਿੱਚ ਸ਼ਾਮਿਲ ਹੋ ਜਾਂਦੇ, ਉਦੋਂ ਤਾਂ ਦਖਲ ਦਾਜੀ ਨਹੀਂ, ਉਦੋਂ ਤਾਂ ਕਹਿ ਕੇ ਵੀ ਕਰਾਉਂਦੇ ਆ, ਜਦੋਂ ਸਾਡੇ 'ਤੇ ਲਾਠੀਚਾਰਜ ਕਰਾਉਂਦੇ ਆ ਉਦੋਂ ਕੀ ਕਹਿੰਦੇ ਆ? ਇਹ ਸਾਰਾ ਕੁਛ ਕੀ ਹੋਊਗਾ? ਹੁਣ ਇੱਕ ਡਰਾਮਾ ਹੋਣਾ, ਸੁਖਬੀਰ ਬਾਦਲ ਨੇ ਕਹਿਣਾ ਕਿ ਮੈਂ ਨਿਮਾਣੇ ਸਿੱਖ ਵਜੋਂ ਹਾਜ਼ਰ ਹੁੰਦਾ, ਜਥੇਦਾਰ ਜੀ ਨੇ ਕਹਿਣਾ ਜੀ ਤੁਸੀਂ ਤੁਹਾਡੀ ਸਰਕਾਰ ਸੀ, ਉਹਨਾਂ ਨੇ ਕਹਿਣਾ ਜੀ ਕੀ ਹਾਂ ਜੀ ਸਾਥੋਂ ਗਲਤੀ ਹੋ ਗਈ, ਅਸੀਂ ਕੀਤਾ ਤਾਂ ਨਹੀਂ ਸਾਥੋਂ ਗਲਤੀ ਹੋ ਗਈ ਹੈ, ਹਾਂ ਜੀ ਕੀ ਜੀ? ਹੁਣ ਭਾਈ ਹੁਣ ਤਾਂ ਤੁਸੀਂ ਐਂ ਕਰਨਾ 15 ਦਿਨ ਜੋੜੇ ਇੱਕ ਅਖੰਡ ਪਾਠ ਕਰਾਓ, ਕਰਾ ਕੇ ਇਹਨੂੰ ਕਲੀਨ ਚਿੱਟ ਦੇ ਕੇ ਫਿਰ ਪੰਥ ਦੇ ਵਿੱਚ ਸ਼ਾਮਿਲ ਕਰਨਾ ਹੈ, ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਐਡੀ ਕਰ ਜਾਵੇ, ਇਹ ਕਿੰਨਾ ਡਰਾਮਾ ਕਰਨਾ, ਅਤੇ ਸੋਸ਼ਲ ਮੀਡੀਆ ਰਹੀ ਅਤੇ ਵੱਡਾ ਪੂਰਾ ਡੰਬਰ ਰਚ ਗਿਆ ਜੀ, ਮਾਫ਼ੀ ਮਾਫ਼ੀ ਮਾਫ਼ੀ, ਪੰਥ ਨੂੰ ਗੱਲ ਲਾਉਣਾ ਚਾਹੀਦਾ ਜੀ, ਪੰਥ ਬੜੀ ਚੰਗੀ ਗੱਲ ਹੈ ਜੀ, ਇਹ ਤਾਂ ਜੀ ਆ ਗਿਆ ਜੀ ਡਰਾਮਾ ਕਰਕੇ ਫਿਰ ਉਹਦੀ ਸ਼ੇਪ ਬਦਲਣੀਆਂ ਨੇ, ਅਤੇ ਇਸ ਕਰਕੇ ਪੰਜਾਬ ਦੇ ਲੋਕ ਸਾਰਾ ਕੁਛ ਆਉਂਦੇ ਆ, ਅਤੇ ਇਹ ਤਾਂ ਦਰਅਸਲ ਜਿਹੜੇ ਮਾਫ਼ੀ ਆ ਨਾ ਇਹ ਸਾਰਿਆਂ ਨੂੰ ਸਜ਼ਾ ਲੱਗਣੀ ਚਾਹੀਦੀ ਹੈ, ਇਹ ਜਿਨ੍ਹਾਂ ਨੇ ਚਿੱਠੀ ਲੈ ਕੇ ਗਏ ਹੈ, ਦੇਖੋ ਇੱਕ 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 ਤਾਂ ਚੋਰ ਹੈ, ਇੱਕ ਚੋਰ ਹੈ,
ਇੱਕ ਦੋਸ਼ੀ ਆ, ਇੱਕ ਜਿਹੜਾ ਦੂਜਾ ਨਾਲ ਦਾ ਦੋਸ਼ੀ ਹੈ, ਤੇ ਇੱਕ ਦੋਸ਼ੀ ਨੂੰ ਦੂਜਾ ਦੋਸ਼ੀ ਕਹੀ ਜਾਂਦਾ ਕਿ ਭਾਈ ਸਾਡਾ ਇਨਸਾਫ ਕਰ। ਉਹ ਤਾਂ ਕਹਿੰਦੇ ਸੁਖਵੀਰ ਇਹ ਸਾਰਾ ਕਰਤਾ ਤਾਂ ਨਾ ਨਾ, ਇਹ ਦੋਨੇ ਦੋਸ਼ੀ, ਉਹ ਵੀ ਦੋਸ਼ੀ ਹੈ ਤੇ ਇਹ ਵੀ ਦੋਸ਼ੀ ਹੈ, ਦੋਨੇ ਦੋਸ਼ੀ ਆ। ਜੋ ਸੱਚ ਆ ਪੰਥ ਤੋਂ ਨਿਰਣਾ ਕਰਾ ਲਓ, ਡਿਬੇਟ ਕਰਾ ਲਓ ਵੀ ਦੋਨੇ ਨਹੀਂ ਦੋਸ਼ੀ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵੇਲੇ ਨਾ ਸਾਰਿਆਂ ਨੂੰ ਬੋਲਣ ਦਾ ਫਰਜ਼ ਬੰਦ, ਉਦੋਂ ਬੋਲੇ ਨਹੀਂ। ਉਦੋਂ ਤਾਂ ਮੈਨੂੰ ਦੱਸੋ ਗੁਰੂ ਵੱਡਾ ਕਿ ਪਾਰਟੀ ਵੱਡੀ ਹੈ? ਉਦੋਂ ਗੁਰੂ ਦੀ ਬੇਅਦਬੀ ਹੋਈ ਕਿਸੇ ਨੇ, ਮੈਂ ਦੱਸੋ ਇੱਥੋਂ ਦੇ ਕਿਸੇ ਦੇ SGPC ਮੈਂਬਰ ਨੇ ਇੱਕ ਦੋ ਨੂੰ ਛੱਡ ਕੇ ਕਿਸੇ ਨੇ ਅਸਤੀਫਾ ਦਿੱਤਾ ਛੱਡਿਆ? ਕਿਸੇ ਨੇ ਉਦੋਂ MLA ਸੀ, ਵਜ਼ੀਰ ਸੀ, ਕਿਸੇ ਇਹਨਾਂ ਨੇ ਛੱਡੀ ਵਜ਼ੀਰੀ? ਇਹਨਾਂ ਨੇ ਕਿਹਾ ਕਿ ਮਾੜਾ ਕੰਮ ਹੈ, ਗੁਰੂ ਵੱਡਾ ਅਸੀਂ ਤੇਰੇ ਨਾਲ ਨਹੀਂ ਹੈਗੇ। ਇਸ ਕਰਕੇ ਹੁਣ ਚਾਰ ਸਵੇਰੇ ਕੀ ਡਰਾਮਾ ਇਹ ਹੋ ਰਿਹਾ, ਕਿਉਂਕਿ ਆਉਣਾ ਤਾਂ ਪਰਿਵਰਤਨ ਸੀ, ਤਾਂ ਹੋ ਰਿਹਾ ਕਿ ਲੋਕਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਿਤਾਤਾ, ਅਤੇ ਉੱਧਰ ਭਾਈ ਜਿਤਾਤਾ ਸਰਬਜੀਤ ਸਿੰਘ ਨੂੰ। ਲੋਕਾਂ ਨੇ ਤਬਦੀਲੀ ਚਾਹੁੰਦੇ ਆ, ਹੁਣ ਤਬਦੀਲੀ ਚਾਹੁੰਦੇ ਆ। ਆਮ ਆਦਮੀ ਪਾਰਟੀ ਦੇ ਕੋਲ 92 MLA ਸੀ, ਅਤੇ ਉਹਨਾਂ ਦੇ ਜਿੱਤੇ 3 MP, ਉਹਨਾਂ ਕੋਲ 9 ਤੇ 27 ਸੀਟਾਂ, ਜਿਨ੍ਹਾਂ ਕੋਲ 92 ਸੀ 27 ਰਹਿ ਗਈਆਂ, ਅਤੇ ਜਿਨ੍ਹਾਂ ਕੋਲ 0 ਸੀ ਸਾਡੇ ਕੋਲ, ਜਿਹੜੇ ਕਹਿੰਦੇ ਜਿਹਨਾਂ ਸਾਡੇ ਕੋਲ 2 ਜਿੱਤੇ 18 ਆ ਗਈਆਂ, ਸਾਡੇ ਕੋਲ 18 ਸੀਟਾਂ ਆ ਗਈਆਂ, MLA ਆ ਗਏ, ਉਹਨਾਂ ਕੋਲ 27 ਆ ਗਏ। ਉਹਨਾਂ ਨੇ ਕਿਹਾ ਕਿ ਵੀ ਇਹਨਾਂ ਦੇ ਕੋਲ ਕਿੰਨੇ ਰਹਿ ਗਏ? ਹਰਸਿਮਰਜੀਤ 9 ਰਹਿ ਗਏ ਇਹਨਾਂ ਕੋਲ, ਇਹ ਕਿੰਨੀ ਕਿਹੜੀ ਜਗ੍ਹਾ 'ਤੇ ਆ ਗਏ? ਇਹ ਜਦੋਂ ਆ ਗਏ ਉਹਨਾਂ ਨੇ ਆਖਿਆ ਪਰਿਵਰਤਨ ਲਿਆਉਣਗੇ, ਹੁਣ ਪੰਥ ਦਾ ਰੌਲਾ ਪਾ ਦਿਓ, ਝਮੇਲਾ ਪਾ ਕੇ, ਅਤੇ ਇਹਨਾਂ ਨੂੰ ਹੁਣ ਪੰਥ ਦੇ ਝੰਡੇ ਵੀ ਯਾਦ ਆਉਣਗੇ। ਅਤੇ ਅਸੀਂ ਭਾਈ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਬੇਨਤੀ ਕਰਾਂਗੇ, ਸਾਡੀ ਕੌਮ ਦਾ ਜਥੇਦਾਰ ਹੈ, ਕਿ ਭਾਈ ਇਹ ਸੁਖਵੀਰ ਵੀ ਦੋਸ਼ੀ ਹੈ, ਇਹਦੀ ਟੀਮ ਵੀ ਦੋਸ਼ੀ ਹੈ, ਜਿਹੜੇ ਸ਼ਿਕਾਇਤ ਕਰਨ ਵਾਲੇ ਦੋਸ਼ੀ ਹੈ, ਅਤੇ ਇਹਨਾਂ ਨੂੰ ਤੂੰ ਤਲਬ ਕਰ, ਤੂੰ ਤਲਬ ਕਰਕੇ ਇਹਨਾਂ ਦੀ ਜਾਂਚ ਤੂੰ ਲੈ। ਹੁਣ ਰੌਲਾ ਤਾਂ ਕੀ, ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਆਉਣੀਆਂ, ਚੋਣਾਂ ਦੇ ਵਿੱਚ ਭੰਬਲ ਭੂਸਾ ਪਾ ਕੇ ਇਹ ਡਿੱਗੀ ਹੋਈ ਸ਼ਾਖ ਆਪਦੀ ਬਹਾਲ ਕਰਕੇ SGPC ਦੇ ਦੁਬਾਰਾ ਕਾਬਜ਼ ਹੋਣਾ ਚਾਹੁੰਦੇ ਆ। ਪਰ ਪੰਜਾਬ ਦੇ ਲੋਕ ਸਾਰਾ ਕੁਛ ਸਮਝ ਚੁੱਕੇ ਆ, ਇਹ ਜਿੰਨਾ ਮਰਜ਼ੀ ਲਈ ਜਾਣ, ਮਰਜ਼ੀ ਡਰਾਮਾ ਕਰੀ ਜਾਣ, ਮੈਂ ਪੰਜਾਬ ਦੇ ਲੋਕਾਂ ਨੂੰ, ਮੈਂ ਢਾਡੀਆਂ ਨੂੰ, ਮੈਂ ਰਾਗੀਆਂ ਨੂੰ, ਮੈਂ ਕਥਾਵਾਚਕਾਂ ਨੂੰ, ਮੈਂ ਕਿਸਾਨ ਜਥੇਬੰਦੀਆਂ ਨੂੰ, ਸੋਸ਼ਲ ਮੀਡੀਆ ਨੂੰ, ਪ੍ਰਿੰਟ ਮੀਡੀਆ ਨੂੰ, ਜਿੰਨੇ ਵੀ ਗੁਰੂ ਨਾਨਕ ਨਾਮ ਲੇਵਾ ਹੈ, ਵੀ ਇਹਨਾਂ ਦੀਆਂ ਚਾਲ ਬਾਂਝਾ ਚੰਨ ਆਓ, ਇਹ ਇੱਕੋ ਆ, ਇੱਕੋ ਰਹਿਣਗੇ, ਤੁਹਾਡੀਆਂ ਅੱਖਾਂ 'ਚ ਕੱਟਾ ਪਾ ਕੇ ਫਿਰ ਉੱਥੇ ਜਾਣਗੇ। ਇਸ ਕਰਕੇ ਇਹ ਸਿਰਫ ਖਤਰਾ ਇਹਨਾਂ ਕੋਈ ਨਹੀਂ ਗਾ, ਇੱਥੇ ਪੰਥ ਨੂੰ ਖਤਰਾ ਨਹੀਂ, ਨਾ ਪੰਥ ਨੂੰ ਅੱਜ ਖਤਰਾ, ਨਾ ਕੱਲ੍ਹ ਖਤਰਾ, ਨਾ ਹੋਵੇਗਾ। ਅਕਾਲੀ ਦਲ ਨਾ ਅੱਜ ਮਰਿਆ, ਨਾ ਕੱਲ੍ਹ ਮਰਿਆ, ਨਾ ਮਰੇਗਾ, ਨਾ ਕਿਸੇ ਦੀ ਹਿੰਮਤ ਹੈ। ਕਿਉਂ? ਕਿਉਂਕਿ ਅਕਾਲੀ ਦਲ ਦੀ ਜਿਹੜੀ 1920 'ਚ ਹੋਂਦ ਆਈ ਹੈ, ਇਹ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਦੇ ਵਿੱਚ ਹੈ। ਜਿਹੜਾ ਚੀਜ਼ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਦੇ ਵਿੱਚ ਹੋਵੇ, ਖਤਮ ਨਹੀਂ ਹੁੰਦੀ, ਮੈਂ ਵੀ ਖਤਮ ਹੋ ਜੂਗਾ। ਇਸ ਕਰਕੇ ਹੁਣ ਇਹ ਖਤਰਾ ਪਤਾ ਕਿਹਨੂੰ ਹੈ? ਇਹ ਖਤਰਾ ਇੱਕ ਪਰਿਵਾਰ ਨੂੰ ਹੈ, ਇਹ ਪਰਿਵਾਰ ਨੂੰ ਜਿਹੜਾ ਖਤਰਾ ਪਿਆ, ਪਰਿਵਾਰ ਤੋਂ ਇੱਕ ਖਤਰਾ ਟਾਲਣ ਲਈ ਹੈ। ਇਸ ਕਰਕੇ ਇਸ ਭੰਬਲ ਭੂਸੇ 'ਚ ਪੈਣ ਦੀ ਲੋੜ ਨਹੀਂ ਹੈ, ਅਤੇ ਉੱਥੇ ਮਾਫ਼ੀਨਾਮਾ ਵੀ ਹੋ ਜਾਣਾ, ਉੱਥੇ ਪੇਸ਼ ਵੀ ਹੋ ਜਾਣਾ, ਉੱਥੇ ਅਰਦਾਸਾਂ ਵੀ ਹੋ ਜਾਣੀਆਂ, ਅਤੇ ਲੋਕਾਂ ਦੀਆਂ ਅੱਖਾਂ 'ਚ ਕੱਟਾ ਪਾਉਣਾ। ਪਰ ਲੋਕ ਇਸ ਗੱਲ ਤੋਂ ਪੂਰੀ ਤਰ੍ਹਾਂ ਜਾਣੂ ਹੋ ਚੁੱਕੇ ਹੈ, ਅਤੇ ਭੰਬਲ ਭੂਸੇ 'ਚੋਂ ਇਸ 'ਚੋਂ ਨਿਕਲਣਾ ਚਾਹੀਦਾ। ਸਾਨੂੰ ਆਪਣਾ ਪੰਥ ਅਤੇ ਆਪਣੀ ਕੌਮ ਦਾ ਕੰਮ ਕਰਨਾ ਚਾਹੀਦਾ, ਅਤੇ 15 ਅਗਸਤ ਨੂੰ ਜਿਹੜਾ ਆਪਾਂ ਬਹੁਤ ਵੱਡਾ ਇੱਥੇ ਮਾਰਚ ਕਰ ਰਹੇ ਹਾਂ, ਅਤੇ ਉੱਥੇ ਜਮਹੂਰੀਅਤ ਤੌਰ 'ਤੇ ਸਾਡਾ ਰਾਈਟ ਹੈ, ਸਾਡੀ ਕੋਈ ਗੱਲ ਨਹੀਂ ਸੁਣਦਾ ਗਾ, ਅਤੇ ਚੁੱਪ ਕਰਕੇ 15 ਤਰੀਕ ਨੂੰ ਨੀਲਮ ਜਿਹੜਾ ਸਿਨੇਮਾ ਉਹਦੇ ਕੋਲ ਇਕੱਠੇ ਹੋ, ਇਕੱਠੇ ਹੋ ਕੇ ਅਸੀਂ ਕੋਈ ਭੀਖ ਨਹੀਂ ਮੰਗ ਰਹੇ, ਅਸੀਂ ਸਾਡਾ ਰਾਈਟ ਹੈ, ਕਿਉਂਕਿ ਆਰਟੀਕਲ 14-19-21 ਦੇ ਮੁਤਾਬਕ ਫਰੀਡਮ ਆਫ ਸਪੀਚ ਆ, ਫਰੀਡਮ ਆਫ ਐਕਸਪ੍ਰੈਸ਼ਨ ਹੈ, ਅਤੇ ਅਸੀਂ ਗੱਲ ਕਰ ਸਕਦੇ ਹਾਂ। ਜਦੋਂ ਸਾਡੀ ਗੱਲ ਪ੍ਰਧਾਨ ਮੰਤਰੀ, ਪ੍ਰੈਜੀਡੈਂਟ, ਮੈਂਬਰ ਆਫ ਪਾਰਲੀਮੈਂਟ, ਰਾਜ ਸਭਾ ਦਾ ਮੈਂਬਰ, ਹਾਈ ਕੋਰਟ, ਸੁਪਰੀਮ ਕੋਰਟ, ਚੀਫ ਮਿਨਿਸਟਰ ਅਤੇ 92 MLA 'ਚ ਕੋਈ ਨਹੀਂ ਸੁਣਦਾ, ਅਤੇ ਸਾਡਾ ਹੱਕ ਹੈ ਕਿ ਸਾਡਾ ਜਿਹੜੇ ਬੰਦੀ ਸਿੰਘ ਹੈ, ਪ੍ਰਧਾਨ ਮੰਤਰੀ ਆਇਆ ਸੀ 550 ਸਾਲਾਂ 'ਤੇ, ਉੱਥੇ ਕਹਿ ਕੇ ਗਿਆ ਸੀ ਕਿ ਮੈਂ ਇਹ ਸਾਰੇ ਬੰਦੇ ਰਿਹਾ ਕਰੂੰਗਾ, ਅਤੇ ਅਸੀਂ ਜਮਹੂਰੀਅਤ ਬੰਦੇ ਹਾਂ, 15 ਅਗਸਤ ਨੂੰ ਅਸੀਂ ਕਾਨੂੰਨ ਦੀ ਗੱਲ ਕਰਨੀ ਹੈ, ਅਤੇ ਗੈਰ ਕਾਨੂੰਨੀ ਕਰਨ ਵਾਲਿਆਂ ਨੂੰ, ਉਹਨਾਂ ਨੂੰ ਕਾਨੂੰਨ ਸਿਖਾਉਣ ਦੇ ਲਈ
ਅਸੀਂ ਜਮਹੂਰੀ ਢੰਗ ਨਾਲ ਜਾ ਕੇ ਆਪਣੇ ਬੰਦੀ ਸਿੰਘ ਰਿਹਾ ਕਰਾਂਗੇ। ਇਸ ਭੰਬਲ ਭੂਸੇ 'ਚ ਨਾ ਪਾਓ, ਇਹ ਤਾਂ ਡਰਾਮਾ ਬੜਾ ਕਰਨਗੇ, ਬੜੀਆਂ ਡਿਬੇਟਾਂ ਚੱਲਣਗੀਆਂ, ਅਤੇ ਇਹ 'ਚੋਂ ਭੰਬਲ ਭੂਸੇ ਨਿਕਲੇ ਆਪਣੀ ਕੌਮ ਦਾ ਕੰਮ ਕਰੀਏ, ਪੰਥ ਨੂੰ ਬਚਾਈਏ, ਪੰਜਾਬ ਨੂੰ ਬਚਾਈਏ, ਪੰਜਾਬੀ ਨੂੰ ਬਚਾਈਏ, ਪੜ੍ਹਾਈ ਨੂੰ ਬਚਾਈਏ, ਪੁੱਤ ਨੂੰ ਬਚਾਈਏ, ਪਦ ਨੂੰ ਬਚਾਈਏ, ਅਤੇ ਪਹਿਰਾਵੇ ਨੂੰ ਬਚਾ ਕੇ ਜਿਹੜੀ ਗੁਲਾਮੀ 'ਚ ਫਸੇ ਹਾਂ ਗੁਲਾਮੀ 'ਚੋਂ ਨਿਕਲਣ ਦੀ ਕੋਸ਼ਿਸ਼ ਕਰਕੇ 2027 ਵਿੱਚ ਸਰਕਾਰ ਖਾਲਸਾ ਬਣਾ ਕੇ ਆਪਣੇ ਹੱਕ ਆਪ ਲਈ। ਸੁਖਬੀਰ ਬਾਦਲ ਦੇ ਜਿਹੜੇ ਸਾਥੀ ਨੇ, ਜਿਹੜੇ ਬਾਕੀ ਦਲਜੀਤ ਚੀਮਾ ਹੋਣ, ਬਲਵਿੰਦਰ ਸਿੰਘ ਭੂੰਦੜ ਹੋਣ, ਹੋਰ ਤਮਾਮ ਜਿਹੜੇ ਲੀਡਰ ਨੇ, ਬਾਕੀ ਹੋਰ ਵੀ ਨੇ, ਉਹਨਾਂ ਦੇ ਵੀ ਜਿਹੜੇ ਇਹ ਬਾਗੀ ਨੇ ਨਾ, ਪਿੱਛੇ ਬੀਜੇਪੀ ਹੈ, ਬੀਜੇਪੀ ਬੋਲ ਰਹੀ ਹੈ, ਉਹ ਸਾਰਾ ਕੁਝ ਕਰਵਾ ਰਹੀ ਹੈ, ਅਕਾਲੀ ਦਲ ਨੂੰ ਤੋੜਨਾ ਚਾਹੁੰਦੀ ਹੈ, SGPC ਨੂੰ ਤੋੜਨਾ ਚਾਹੁੰਦੀ ਹੈ, ਬੀਜੇਪੀ ਇਹਦੇ ਪਿੱਛੇ ਕੀ ਲੱਗਦਾ ਤੁਹਾਨੂੰ? ਇਹ ਤਾਂ ਹਾਸੋ ਹੀ ਨਹੀਂ ਜੀ ਗੱਲ, ਛੱਜ ਤਾਂ ਬੋਲੇ ਛਾਲਨੀ ਵੀ ਬੋਲੇ। ਬੀਜੇਪੀ ਨਾਲ ਸੰਬੰਧ ਕਿਹਨੇ ਸਭ ਤੋਂ ਪਹਿਲਾਂ ਬਣਾਇਆ ਸੀ? ਜਦੋਂ ਪ੍ਰਕਾਸ਼ ਸਿੰਘ ਬਾਦਲ ਨੇ 75ਵੀਂ ਵਰ੍ਹੇਗੰਢ 'ਤੇ ਮੋਗੇ ਹੋਈ ਸੀ, ਉਹਨਾਂ ਨੇ ਅਕਾਲੀ ਦਲ ਤੋਂ ਪੰਜਾਬੀ ਪਾਰਟੀ ਬਣਾਤੀ। ਜਿਨ੍ਹਾਂ ਨੇ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਮੋਗੇ ਦੀ ਧਰਤੀ 'ਤੇ ਬਣਾਤਾ, ਅਤੇ ਫਿਰ ਬੀਜੇਪੀ ਦੇ ਨਾਲ ਕੁੰਡੀ ਪਾਲੀ, RSS ਨਾਲ ਕੁੰਡੀ ਪਾਲੀ, ਨਾਗਪੁਰ ਨਾਲ ਕੁੰਡੀ ਪਾਲੀ, ਅਡਵਾਨੀ ਨਾਲ ਕੁੰਡੀ ਪਾਲੀ, ਵਾਜਪੇਈ ਨਾਲ ਕੁੰਡੀ ਪਾਲੀ, ਅਤੇ ਮੋਦੀ ਨਾਲ ਕੁੰਡੀ ਪਾਲੀ, ਅਤੇ ਜਿਹੜੇ ਕੁੰਡੀ ਪਾ ਕੇ ਜਿਹੜੇ ਹੁਣ ਮੋਦੀ ਸਾਹਿਬ ਕਹਿੰਦੇ ਬਾਦਲ ਸਾਡਾ ਬੜਾ ਵਫਾਦਾਰ ਸੀਗਾ, ਬੜਾ ਕੰਮ ਕੀਤਾ NDA ਲਈ, ਹੁਣ ਕਹਿ ਕਿਤੇ ਜਿਹੜੇ ਬੰਦੇ ਹੁਣ ਪਿੱਛੇ ਜੇ ਰਾਸ਼ਟਰਪਤੀ ਦੀ ਵੋਟ ਪਈ ਸੀਗੀ, ਅਤੇ ਰਾਸ਼ਟਰਪਤੀ ਦੀ ਵੋਟ ਸੁਖਬੀਰ ਅਤੇ ਬੀਬਾ ਦੋ MP ਸੀ, ਦੋ BJP ਨੂੰ ਪਾ ਜਾਣ, ਅਤੇ ਦੂਜਿਆਂ ਨੂੰ ਕੋਈ BJP ਦੀ ਹੈ, ਇਸ ਕਰਕੇ ਇਹ ਸਾਰੇ ਜਿੰਨੇ ਦੇ ਜਿੰਨੇ ਆ ਸਾਰੇ BJP ਦੇ ਹੈ, ਇਹ ਸਾਰੇ ਨਾਗਪੁਰੀ ਹੈ, ਇਹ ਨਾਗਪੁਰੀ ਹੈ, ਨਾਗਪੁਰੀ ਹੈ, ਸਾਰੇ ਨਾਗਪੁਰੀ। ਕਿਹੜੀਆਂ ਕਿਹੜੀਆਂ ਗਲਤੀਆਂ ਮੰਨਦੇ ਹੋ ਬਾਦਲ ਦੇ ਰਾਜ ਦੇ ਵਿੱਚ, ਕਿਹੜੀਆਂ ਉਹ ਗਲਤੀਆਂ ਹੋਈਆਂ ਨੇ ਜਿਹੜੀਆਂ ਜੜ੍ਹਾਂ ਦੇ ਵਿੱਚ ਹੀ ਬਹਿ ਗਈਆਂ ਅਕਾਲੀ ਦਲ ਦੇ? ਕੌਮ ਵੱਡੀ ਹੁੰਦੀ ਆ, ਬੰਦਾ ਵੱਡਾ ਨਹੀਂ ਹੁੰਦਾ। ਬਿਲਕੁਲ, ਕੌਮ ਵੱਡੀ ਹੁੰਦੀ ਆ, ਪਾਰਟੀ ਵੱਡੀ ਨਹੀਂ ਹੁੰਦੀ, ਪਾਰਟੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ। ਜੇ ਇਹ ਪੰਥ ਦੀ ਸਹੀ ਤਰਜਮਾਨੀ ਕਰਦੇ, ਕਿੱਡੀ ਗੱਲ ਸੀ, ਗੁਰੂ ਦੀ ਬੇਅਦਬੀ ਹੋਈ, ਸਿਰਸੇ ਵਾਲੇ ਸਾਹਿਬ ਨੇ ਕੀਤੀ, 1 ਜੂਨ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਕੇ ਗੁਰੂ ਸਾਹਿਬ ਚੱਕ ਲਿਆ, ਗੁਰੂ ਸਾਹਿਬ ਜਦੋਂ ਚੱਕ ਲਿਆ ਬੁਰਜ ਜਵਾਹਰ ਸਿੰਘ ਵਾਲੇ ਤੋਂ, ਇੱਕ ਮੋਟਰਸਾਈਕਲ 'ਤੇ ਚੱਕ ਲਿਆ, ਗੁਰੂ ਗ੍ਰੰਥ ਸਾਹਿਬ ਨੂੰ ਮੋਟਰਸਾਈਕਲ 'ਤੇ ਚੱਕਿਆ, ਅਤੇ ਅੱਗੇ ਦਸ਼ਮੇਸ਼ ਪਬਲਿਕ ਸਕੂਲ ਹੈ, ਮੋਟਰਸਾਈਕਲ ਤੋਂ ਇਸ ਟਰ ਮਰੂਤੀ 'ਚ ਰੱਖ ਲਿਆ, ਮਰੂਤੀ 'ਚੋਂ ਰੱਖ ਕੇ ਜਸਵਿੰਦਰ ਸਿੰਘ ਸਿੱਖਾਂ ਵਾਲੇ ਦੇ ਘਰ ਲੈ ਗਏ, ਸਰਸੇ ਵਾਲੇ ਸਾਹਿਬ ਦਾ ਚੇਲਾ ਸੀ, ਉੱਥੇ ਕਟੋਆ ਪੱਟਿਆ, ਉੱਥੇ ਗੁਰੂ ਗ੍ਰੰਥ ਸਾਹਿਬ ਨੱਪ ਦੇ ਉੱਤੇ ਬਹਿੰਦੇ ਰਹੇ, ਉਦੋਂ ਬਾਅਦ ਫਿਰ ਗੁਰੂ ਸਾਹਿਬ ਉੱਥੋਂ ਕੱਢਿਆ ਪੋਲਸੀ ਦੇ ਤਹਿਤ, ਉਹ ਲੈ ਗਏ ਚੱਕ ਕੇ ਇੱਕ ਜਿੰਨ ਕਾਰ 'ਚ, ਜਿੰਨ ਕਾਰ ਉਹ ਲੈ ਗਏ ਸ਼ਕਤੀ ਸਿੰਘ ਡੱਗੋ ਰਮਾਣਾ ਦੇ ਘਰ, ਉੱਥੇ ਟੋਆ ਪੱਟਿਆ, ਉੱਥੇ ਨੱਪਿਆ, ਉਹਦੇ ਉੱਤੇ ਬਹਿੰਦੇ ਰਹੇ, ਛਿੜਕਾਅ ਕਰਦੇ ਰਹੇ, ਗੁਰੂ ਸਾਹਿਬ ਦੇ ਉੱਤੇ ਮੰਜੀ ਡਾ ਕੇ ਬਹਿੰਦੇ ਰਹੇ। ਉਹਦਾ ਕਰਤਾ ਧਰਤਾ ਕੌਣ ਸੀ? ਉਹਨੂੰ ਛੁਡਾਇਆ ਕਿਹਨੇ? ਸੁਖਬੀਰ ਬਾਦਲ ਨੇ ਫੜ ਲਿਆ ਸੀ, ਮੰਤਾਰ ਬੜਾ ਅਤੇ ਆਜ਼ਾਦੀ ਸਾਰਿਆਂ ਨੇ। ਜਦੋਂ ਉਹਨੂੰ ਛੁਡਾਤਾ, ਫਿਰ ਸਾਡਾ ਗੁਰੂ ਸਾਹਿਬ ਉੱਥੋਂ ਕੱਢਿਆ, ਉਹਦੇ ਅੰਗ ਪਾੜੇ, ਅੰਗ ਪਾੜ ਕੇ ਬਗਾੜੀ 'ਚ ਖਿਲਾਰਤੇ, ਬਾਕੀ ਗੁਰੂ ਸਾਹਿਬ ਉੱਥੇ ਪਿਆ ਰਿਹਾ। ਉਦੋਂ ਬਾਅਦ ਉਹਦਾ ਦਿਮਾਗ ਹਿੱਲ ਗਿਆ ਅੰਦਰੋਂ, ਉਹ ਫਿਰ ਆਪਦੇ ਸਾਥੀਆਂ ਨੂੰ ਕਹਿੰਦਾ, ਫਿਰ ਜਦੋਂ ਸਾਥੀਆਂ ਨੂੰ ਕਹਿੰਦਾ, ਗੁਰੂ ਸਾਹਿਬ ਚੱਕਿਆ ਮਰੂਤੀ 'ਚ, ਮਹਿੰਦਰ ਬਿੱਟੂ ਦੇ ਘਰ ਲੈ ਗਏ, ਮਹਿੰਦਰ ਬਿੱਟੂ ਨੇ ਸਾਡਾ ਗੁਰੂ ਗ੍ਰੰਥ ਸਾਹਿਬ ਜੋੜਿਆਂ ਸਿੱਟੀ ਰੱਖਿਆ, ਜੋੜਿਆਂ ਸਿੱਟ ਕੇ 3 ਮਹੀਨੇ ਦੇ ਸਮੇਂ ਵਿੱਚ ਉਹਨਾਂ ਨੇ ਅੱਗ ਲਾ ਕੇ ਅਤੇ ਉਹਨੂੰ ਸਿੱਟਤਾ, ਫਿਰ ਉਦੋਂ ਕਿਉਂ ਨਹੀਂ ਫੜਿਆ? ਹੈਂ, ਉਦੋਂ ਬਾਅਦ ਸਾਡਾ ਗੁਰੂ ਕੀ ਕੀਤਾ? ਗੁਰੂ ਗ੍ਰੰਥ ਸਾਹਿਬ ਨੂੰ ਗਲੀਆਂ 'ਚ ਰੋਲਤਾ, ਅਤੇ ਸਾਡੇ 'ਤੇ ਲੱਕੜਾ ਚੋਰੀ ਦੇ ਪਰਚੇ ਹੋ ਗਏ, ਸਾਡੇ ਅੰਦਰ ਕਰਤੇ, ਸਾਡੇ ਬੱਚਿਆਂ ਨੂੰ ਅੰਦਰ
ਤੇ ਫਿਰ ਸਰਕਾਰ ਕਿਹਦੀ ਸੀ? ਉੱਥੇ ਫਿਲਮ ਲੱਗੀ ਮੈਸੇਂਜਰ ਆਫ ਗੋਡ। ਉਹ ਫਿਲਮ ਦੇ ਅੱਗੇ 11-11 ਬੰਦੇ ਰਾਖੀ ਕਰਦੇ ਰਹੇ ਤੇ ਸਾਡੇ ਤੇ ਉੱਤੇ ਪੁਲਿਸ ਸਾਨੂੰ ਫੜਦੀ ਰਹੀ। ਹੁਣ ਜਿਨ੍ਹਾਂ ਨੇ ਗੁਰੂ ਦੀ ਬੇਅਦਬੀ ਕੀਤੀ ਤੇ ਕਰਾਈ ਉਹਨਾਂ ਨੂੰ ਤਾਂ ਬਚਾਇਆ ਕਿ ਨਹੀਂ? ਇਹਨਾਂ ਨੇ ਬਚਾਇਆ, ਜਵਾਬ ਦਿਓ। ਜੇ ਕਿਤੇ ਉਸ ਟਾਈਮ ਕਿੱਡੀ ਗੱਲ ਸੀ, ਗੁਰੂ ਵੱਡਾ ਕਿ ਪਾਰਟੀ ਵੱਡੀ ਹੈ? ਗੁਰੂ ਤੇ ਗੁਰੂ ਗ੍ਰੰਥ ਸਾਹਿਬ ਹਿੰਦੂ ਮੁਸਲਮਾਨ ਸਾਰਿਆਂ ਦਾ। ਉਹ ਕਹਿੰਦਾ ਅਵਲ ਅੱਲਾ ਨੂਰ ਪਾਇਆ ਕੁਦਰਤ ਦੇ ਸ਼ਬਦ ਬੰਦੇ, ਏਕ ਨੂਰ ਤੇ ਸਭ ਜੋ ਕੌਣ ਭਲੇ ਕੋ ਮੰਦੇ, ਗੁਰੂ ਸਾਹਿਬ ਕਹਿੰਦੇ ਆ। ਜਦੋਂ ਗੁਰੂ ਸਾਹਿਬ ਸਾਰਿਆਂ ਦਾ ਭਲਾ ਕਰਦੇ ਆ, ਸਰਬੱਤ ਦਾ ਭਲਾ ਮੰਗਦੇ ਆ, ਤੇ ਫਿਰ ਮੈਨੂੰ ਇਹ ਤੁਸੀਂ ਦੱਸੋ, ਆਪਾਂ ਸਿਆਣੇ ਬੈਠੇ ਹਾਂ ਸਾਰੇ, ਫਿਰ ਉਸ ਟਾਈਮ ਕੀ ਸੁਖਬੀਰ ਸਿੰਘ ਦੀ ਪ੍ਰਕਾਸ਼ ਬੰਦ ਦੀ ਮਜਬੂਰੀ ਕੀ ਸੀ? ਗੁਰੂ ਵਾਲੇ ਫੜ ਕੇ ਅੰਦਰ ਕਰਦੇ, ਅੰਦਰ ਕਰਦੇ, ਸਰਸਿਆਂ ਨੂੰ ਫੜ ਕੇ ਅੰਦਰ ਕਰਦੇ, ਤੁਸੀਂ ਪਿੱਛੇ ਚੱਲੋ। 2007 ਦੇ ਵਿੱਚ ਸਵਾਗ ਰਚਿਆ ਗਿਆ, ਮੁੱਖ ਮੰਤਰੀ ਕੌਣ ਸੀਗਾ? ਗੁੰਡਾਗਰਦੀ ਦਾ ਜਾਮਾ ਜਾਮੇ ਇੰਸਾ ਪਿਆ ਕੇ ਕੌਣ ਨਿਕਲਿਆ? ਜਾਮੇ ਇੰਸਾ ਸਲਾਬਤਪੁਰੀ ਧਰਤੀ ਤੋਂ ਗੁੰਡਾਗਰਦੀ ਦਾ ਨਾਚ, ਨੰਗਾ ਨਾਚ ਕਰਕੇ ਬੰਦਾ 3 ਘੰਟੇ ਉੱਥੇ ਰਿਹਾ ਹੋਵੇ। ਇਹਨਾਂ ਦੀ ਏਜੰਸੀ ਕਿੱਥੇ ਸੀ? IB ਕਿੱਥੇ ਸੀ? ਸਟੇਟ ਇੰਟੈਲੀਜੈਂਸੀ ਕਿੱਥੇ? CID ਕਿੱਥੇ ਸੀ? ਇਹਨਾਂ ਦਾ ਹੋਮ ਮਿਨਿਸਟਰੀ ਕਿੱਥੇ ਸੀ? ਇਹਦੀ ਚੀਫ ਮਿਨਿਸਟਰੀ ਕਾਹਦੀ ਹੈ? ਜੇ ਬੰਦੇ ਨੂੰ ਪਤਾ ਨਹੀਂ ਮੇਰੇ ਹਲਕੇ 'ਚ ਕੀ ਹੋ ਰਿਹਾ, ਤੇ ਸਾਡੇ ਇੱਥੋਂ ਤੱਕ ਕਿ ਗੁਰੂ ਹੋਵੇ, ਮੈਂ ਕਹਿੰਦਾ ਨਾ ਤਾਂ ਬੇਅਦਬੀ ਕੁਰਾਨ ਦੀ ਹੋਣੀ ਚਾਹੀਦੀ ਹੈ, ਨਾ ਗੀਤਾ ਦੀ ਹੋਣੀ ਚਾਹੀਦੀ ਹੈ, ਨਾ ਬਾਈਬਲ ਦੀ ਹੋਣੀ ਚਾਹੀਦੀ ਹੈ, ਨਾ ਗੁਰੂ ਗ੍ਰੰਥ ਸਾਹਿਬ ਦੀ ਹੋਣੀ ਚਾਹੀਦੀ ਹੈ, ਕਿਸੇ ਧਰਮ ਦਾ ਨਾ ਮੰਦਰ ਢਹਿਣਾ ਚਾਹੀਦਾ, ਨਾ ਮਾਝਲ ਢਹਿਣਾ ਚਾਹੀਦਾ, ਨਾ ਗਿਰਜਾ ਢਹਿਣਾ ਚਾਹੀਦਾ, ਸਾਰੇ ਆਜ਼ਾਦੀ ਨਾਲ ਰਹਿਣਾ ਚਾਹੀਦਾ, ਜਿਸ ਤਰੀਕੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ 'ਚ ਰਹਿੰਦੇ ਸੀ। ਅਤੇ ਇਸ ਰਾਜ ਦੇ ਵਿੱਚ ਨਾ ਤਾਂ ਮਸਜਿਦ ਸੁਰੱਖਿਅਤ ਆ, ਨਾ ਗਿਰਜਾ ਘਰ ਸੁਰੱਖਿਅਤ ਆ, ਨਾ ਪ੍ਰੈਸ ਸੁਰੱਖਿਅਤ ਆ, ਨਾ ਗੁਰੂ ਗ੍ਰੰਥ ਸਾਹਿਬ ਸੁਰੱਖਿਅਤ ਆ, ਨਾ ਸਿੱਖ ਸੁਰੱਖਿਅਤ ਆ, ਨਾ ਮੁਸਲਮਾਨ ਸੁਰੱਖਿਅਤ ਆ, ਨਾ ਈਸਾਈ ਸੁਰੱਖਿਅਤ ਆ, ਨਾ ਨੌਜਵਾਨ ਸੁਰੱਖਿਅਤ ਆ, ਨਾ ਘੱਟ ਗਿਣਤੀਆਂ ਸੁਰੱਖਿਅਤ ਆ। ਅਤੇ ਫਿਰ ਉਹਨਾਂ ਨੇ ਆਵਾਜ਼ ਕਿਉਂ ਨਹੀਂ ਬੁਲੰਦ ਕੀਤੀ ਇਹਨਾਂ ਨੇ? ਜਦੋਂ ਕਿ ਸਾਰੀ ਸਾਡੀ ਕੌਮ ਦਾ ਸੱਤਿਆਨਾ ਖਰਤਾ ਸਾਡੇ ਸੋਮੇ ਖੋਲੇ ਆ, ਹੈ ਚੰਡੀਗੜ੍ਹ ਖੋਲੇ ਆ, ਸਾਡੇ ਕੋਲੋਂ ਪਾਣੀ ਖੋਲਿਆ, ਹਾਈਕੋਰਟ ਖੋਲੀ ਆ, ਪੰਜਾਬੀ ਬੋਲਦੇ ਇਲਾਕੇ ਖੋਲੇ ਆ, ਯੂਨੀਵਰਸਿਟੀ ਖੋਲੀ ਆ, ਸਾਡੇ ਕੋਲ ਛੱਡਿਆ ਗਿਆ, ਬਾਰਡਰ ਸਾਡੇ ਬੰਦ ਕਰ ਦਿੱਤੇ ਗਏ ਹੈ, ਉਹਦਾ ਨੇਪਾਲ ਦਾ ਬਾਰਡਰ ਖੁੱਲ੍ਹਾ, ਬੰਗਲਾਦੇਸ਼ ਦਾ ਕੋਲ, ਸਾਡੇ ਬਾਰਡਰ ਕਿਉਂ ਨਹੀਂ ਖੋਲੇ ਗਏ? ਅਤੇ ਫਿਰ ਅੰਮ੍ਰਿਤਪਾਲ ਨੂੰ ਇੱਕ ਬੰਦਾ ਜਿਹਨੇ ਸੌਣੀ ਚੱਕੀ, ਜਿਹੜਾ ਹਰ ਗਿਆ ਉਹ ਤਾਂ ਸੌਂ ਚੱਕ ਗਿਆ, ਅਤੇ ਜਿਹੜਾ ਜਿੱਤਿਆ ਉਹਨੂੰ ਸੌ ਹੀ ਨਹੀਂ ਚੁੱਕਦੇ। ਦੱਸੋ ਹੁਣ ਪਾਰਲੀਮੈਂਟ ਦੇ ਸੈਸ਼ਨ ਦੇ ਵਿੱਚ ਲੋਕਾਂ ਨੇ ਬੋਲਣ ਲਈ ਭੇਜਿਆ ਨਾ, ਹੁਣ 22 ਨੂੰ ਸੈਸ਼ਨ, ਉੱਥੇ ਸੈਸ਼ਨ ਦੇ ਵਿੱਚ ਕਿਉਂ ਨਹੀਂ ਬੁਲਾਉਂਦੇ ਨੂੰ? ਬੁਲਾਉਣਾ ਚਾਹੀਦਾ। ਮੈਂ ਸਪੀਕਰ ਨੂੰ ਕਹਿੰਦਾ ਜੇ ਤੂੰ ਸੌਂ ਚੁਕਾਈ ਹੈ ਤੇ ਪੂਰੀ ਇੰਟਰਨੈਸ਼ਨਲ ਤੌਰ ਤੇ ਸਾਡਾ ਇੱਕ ਸਿੰਘ ਹੈਗਾ ਜਸਪ੍ਰੀਤ ਸਿੰਘ ਟੌਰਨੀ, ਉਹਨੇ ਰੌਲਾ ਪਾਇਆ ਉੱਥੋਂ ਦੇ ਅਮਰੀਕਾ ਦੇ ਜਿਹੜੇ ਪ੍ਰੈਜੀਡੈਂਟ ਸੀਗੇ ਵਾਈਸ, ਉਹਦੇ ਉਹਨੂੰ ਮਿਲੇ ਹੈ, ਮੈਂਬਰ ਪਾਰਲੀਮੈਂਟ ਨੂੰ ਉੱਥੇ ਮਿਲੇ ਹੈ, ਅਸੀਂ ਵੀ ਪ੍ਰੈਜੀਡੈਂਟ ਨੂੰ ਇਸ ਸੰਬੰਧ ਸਭ ਤੋਂ ਪਹਿਲਾਂ ਮਿਲ ਕੇ ਆਏ ਹਾਂ। ਅਤੇ ਫਿਰ ਭਾਈ ਅਸੀਂ ਤਾਂ ਉਹਨੂੰ ਵੀ ਕਹਿੰਦੇ ਉਹਦਾ ਧੰਨਵਾਦ ਵੀ ਕਰਦੇ ਹਾਂ, ਅਤੇ ਉਹਨਾਂ ਨੂੰ ਕਹਿੰਦੇ ਵੀ ਕਿ ਭਾਈ ਤੁਸੀਂ ਹੁਣ ਜਾ ਕੇ ਇਹਦੇ ਸੈਸ਼ਨ ਦੇ ਲਈ ਉਹਦੇ ਲਾ ਜਾਓ, ਵੀ ਜਦੋਂ ਲੋਕਾਂ ਦੀ ਰਾਏ ਦੇ ਨਾਲ ਜਿੱਤਿਆ ਉਹਨੂੰ ਰੈਡੀਕਲ ਹਾਰਡ ਰੈਲਰ, ਉਹਨੇ ਬਹੁਤ ਕੁਛ ਕਿਹਾ, ਜਦੋਂ ਕਿ ਸਰਕਾਰ ਦਾ ਜਿਹੜਾ ਸੋਚ ਸੀ ਸਾਨੂੰ ਹਾਰਡ ਲਾਈਨ ਕਹਿਣ ਵਾਲੀ ਵੱਖਵਾਦੀ ਅਤੇ ਅੱਤਵਾਦੀ, ਸਿੱਖ ਕੌਮ ਨਾ ਅੱਤਵਾਦੀ ਆ ਨਾ ਵੱਖਵਾਦੀ ਆ, ਸੱਤਵਾਦੀ ਆ, ਮਾਨਵਤਾਵਾਦੀ ਆ, ਭਾਈ ਘਨੱਈਏ ਦੀ ਸੋਚ ਵਾਲੇ ਆ, ਨਾ ਜ਼ੁਲਮ ਸਹਿੰਦੇ ਆ ਨਾ ਕਰਦੇ ਆ, ਜ਼ੁਲਮ ਕਰਨ ਵਾਲਾ ਭਾਵਾਂ KPS ਗਿੱਲ ਹੋਵੇ, ਭਾਵਾਂ ਬੇਅੰਤ ਸਿੰਘ ਹੋਵੇ, ਅਤੇ ਭਾਵਾਂ ਇੰਦਰਾ ਗਾਂਧੀ ਹੋਵੇ, ਅਤੇ ਭਾਵਾਂ ਮੈਂ ਵੀ ਜ਼ੁਲਮ ਕਿਉਂ ਨਾ ਕਰਾਂ, ਸਿੱਖ ਨੂੰ ਕਦੇ ਕੌਮ ਨਾ ਅੱਜ ਬਖਸ਼ਦੀ ਆ ਨਾ ਕੱਲ੍ਹ ਬਖਸ਼ਦੀ ਆ ਨਾ ਬਖਸ਼ੂਗੀ, ਕਿਉਂਕਿ ਇਹ ਕੌਮ ਦਾ ਸਿਧਾਂਤ ਹੈ। ਅਤੇ ਅਸੀਂ ਇਹ ਸਾਰਾ ਕੁਛ ਜਿਹੜਾ ਹੋ ਰਿਹਾ, ਅਤੇ ਫਿਰ ਉਹਦੇ ਵਿੱਚ ਜੇ ਕਿਤੇ ਸਹੀ ਤਰੀਕੇ ਚੱਲੇ ਹੁੰਦੇ, ਅੱਜ ਕੌਮ ਦੀ ਦਰਦ ਅਸੀਂ ਇਸ ਕਰਕੇ ਸਿਧਾਂਤਹੀਨ ਹੋ ਗਏ ਆ, ਅਤੇ ਜਿਹੜਾ ਬੰਦਾ ਇੱਕ ਵਾਰੀ ਸਿਧਾਂਤਹੀਨ ਹੋ ਗਿਆ, ਰੂਲ ਆਊਟ ਹੈ, ਇਹਨੇ ਰੂਲ ਆਊਟ ਕਰਤਾ। ਹੈਂ ਤੁਸੀਂ ਦੱਸੋ ਹੁਣ ਜਦੋਂ ਬੰਦਾ ਰੂਲ ਆਊਟ ਹੋ ਜਾਵੇ ਨਾ, ਜਦੋਂ ਜੱਜ ਸਹੀ ਫੈਸਲੇ ਨਾ ਕਰੇ, ਉਦੋਂ ਫਿਰ ਲੋਕ ਕਹਿੰਦੇ ਵੀ ਇਹ ਜੱਜ ਕੋਲ ਨਾ ਜਾਓ। ਇਹ ਜੱਜ ਫੈਸਲਾ ਸਹੀ ਨਹੀਂ ਕਰਦਾ, ਭਾਵਾਂ ਜੱਜ ਬਣਿਆ ਰਹਿੰਦਾ ਵੀ ਇਹ ਜੱਜ ਕੋਲ ਨਾ ਜਾਓ। ਜਦੋਂ ਕਿਸੇ ਅਖਬਾਰ ਨਫੀਸ ਕੋਲੇ ਇੰਡੀਅਨ ਸਟੇਟ ਦੀ ਬੋਲੀ ਬੋਲਦਾ, ਉਹ ਕਹਿੰਦਾ ਯਾਰ ਇਸ ਚੈਨਲ ਕੋਲੇ ਨਾ ਜਾਇਆ ਜੀ,
ਇਹ ਗੱਲ ਬੋਲੀ ਉਹਦੀ ਬੋਲਦਾ, ਮੈਨੂੰ ਵੀ ਨਹੀਂ ਪਤਾ ਸਪੋਕਸਮੈਨ 'ਤੇ ਕੀ ਹਮਲੇ ਹੋਏ ਆ, ਪਹਿਰੇਦਾਰ 'ਤੇ ਕਿੰਨੇ ਹਮਲੇ ਹੋਏ ਆ, ਜਸਪਾਲ ਸਿੰਘ ਹੀਰਾ ਨਾਲ ਕੀ ਹੋਇਆ, ਕੀ ਕੁਛ ਹੋਇਆ ਕਿ ਨਹੀਂ, ਇਹ ਰੂਲ ਆਊਟ ਕਰ ਗਏ ਆ। ਹੁਣ ਜਿਹੜੀ ਸੜਕ ਹੈ, ਸੜਕ ਦੇ ਜੇ ਆਪਾਂ ਖੱਬੇ ਪਾਸੇ ਚੱਲਾਂਗੇ ਤਾਂ ਡਿੱਗਾਂਗੇ, ਠੀਕ ਹੈ ਨਾ, ਜੇ ਰਾਈਟ ਆ ਸਾਡਾ, ਜਦੋਂ ਹੁਣ ਤੁਸੀਂ ਦੱਸੋ ਇੱਕ ਬੰਦਾ ਸੜਕ ਦੇ ਵਿਚਾਲੇ ਚੱਲੀ ਜਾਂਦਾ, ਹੋ ਸਕਦਾ ਅੱਗੋਂ ਮੈਂ ਜਾ ਰਿਹਾ, ਜੇ ਸੜਕ ਦੇ ਵਿੱਚ ਅਸੀਂ ਚੱਲੀ ਜਾਂਦੇ ਹਾਂ ਚੱਲੀ ਜਾਂਦੇ ਹਾਂ ਚੱਲੀ ਜਾਂਦੇ ਹਾਂ, ਕਿੰਨਾ ਚਿਰ ਚੱਲੀ ਜਾਓਗੇ? ਉਹ ਅਗਲਾ ਕਹੂਗਾ ਯਾਰ ਮੂਰਖ ਆ ਰਿਹਾ ਸੜਕ ਦੇ ਵਿੱਚ ਨਾ ਚਲੋ। ਇਹ ਜਿੰਨਾ ਇਹ ਹੁਣ ਸਿਧਾਂਤਹੀਨ ਹੋ ਕੇ ਸੜਕ ਦੇ ਵਿਚਾਲੇ ਰੂਲ ਆਊਟ ਕਰਤਾ, ਇਹ ਇਹ ਜੇ ਰੂਲ ਆਊਟ ਨਾ ਕਰਦੇ ਅੱਜ ਕੌਮ ਦੀ ਦੁਰਦਸ਼ਾ ਨਹੀਂ ਹੋਣੀ ਚਾਹੀਦੀ। ਪਰ ਇਹਨਾਂ ਨੇ ਰੂਲ ਆਊਟ ਕਰਨ ਵਾਲਿਆਂ ਨੂੰ ਲੋਕਾਂ ਨੇ ਇੱਕ ਸਾਈਡ 'ਤੇ ਲਾਤਾ, ਹੁਣ ਇਹ ਪੰਥ ਦੇ ਪੰਜਾਬ ਦੇ ਲੋਕ ਰਲ ਕੇ ਫੈਸਲਾ ਕਰਨਗੇ, ਅਤੇ ਇਹ ਜਿਹੜੀ ਗੈਰ ਕਾਨੂੰਨੀ ਅਤੇ ਵਧੀਕੀਆਂ ਹੋ ਰਹੀਆਂ ਉਹਨਾਂ ਦਾ ਇੱਕ ਦਿਨ ਅੰਤ ਹੋਣਾ ਹੀ ਹੋਣਾ। ਇਸ ਤੋਂ ਇਲਾਵਾ ਹੁਣ ਪਾਰਲੀਮੈਂਟ ਦਾ ਇਜਲਾਸ ਚੱਲਣਾ, ਜਿਸ ਤਰ੍ਹਾਂ ਸਰਬਜੀਤ ਸਿੰਘ ਖਾਲਸਾ MP ਬਣੇ ਨੇ, ਕਿ ਉਹਨਾਂ ਤੱਕ ਇਹ ਵੀ ਮੰਗ ਪਹੁੰਚਾਈ ਜਾਵੇਗੀ ਕਿ ਜਿਹੜੇ ਬੇਅਦਬੀ ਕਰਦੇ ਨੇ ਉਸ ਕਾਨੂੰਨ ਦੇ ਵਿੱਚ ਸਖਤੀ ਹੋਣੀ ਚਾਹੀਦੀ ਆ, ਬਦਲਾਅ ਹੋਣਾ ਚਾਹੀਦਾ, ਉਹਦੇ ਵਿੱਚ ਸਜ਼ਾਵਾਂ ਹੋਰ ਵੱਧ ਹੋਣੀ ਚਾਹੀਦੀ। ਹਾਂ ਬਿਲਕੁਲ ਜੀ, ਅਸੀਂ ਕਹਿੰਦੇ ਜਿਹੜਾ ਵੀ ਕਿਸੇ ਵੀ ਧਰਮ ਦੀ ਬੇਅਦਬੀ ਕਰਦਾ, ਇੱਕ ਬੰਦੇ ਨੂੰ ਬੰਦਾ ਮਾਰ ਦਿੰਦਾ ਅਤੇ ਕਹਿੰਦੇ ਜੀ 120 ਸਾਲ, ਅਤੇ ਜਿਹੜਾ ਕਾਨਸਪੀਰੇਸੀ ਕਰਦਾ ਉਹਨੂੰ ਵੀ ਫਾਂਸੀ, ਦੋਨਾਂ ਨੂੰ ਫਾਂਸੀ ਵੀ ਲੱਗ ਜਾਂਦੀ, 20 ਸਾਲ ਵੀ ਅਤੇ ਫਾਂਸੀ ਵੀ, ਅਤੇ ਉਹ ਫਿਰ ਉਹਨਾਂ ਚਿਰ ਬਾਹਰ ਨਹੀਂ ਆਉਂਦਾ, ਜਦੋਂ ਉਹਨੂੰ ਆਉਣਾ ਪੈਂਦਾ ਨਾ ਸਜ਼ਾ ਤੋਂ ਬਾਅਦ, ਉਹ ਚੌਥਾ ਹਿੱਸਾ ਸਜ਼ਾ ਕੱਟੇ ਫਿਰ ਆਉਂਦਾ, ਉਹਨਾਂ ਚਿਰ ਆ ਨਹੀਂ ਸਕਦਾ ਕਾਨੂੰਨ ਕਹਿੰਦਾ। ਬਿਲਕੁਲ, ਅਤੇ ਫਿਰ ਤੁਸੀਂ ਦੱਸੋ ਇੱਕ ਗੁਰੂ ਗ੍ਰੰਥ ਸਾਹਿਬ ਜਿਹੜਾ ਸਰਬੱਤ ਦਾ ਭਲਾ, ਜਦੋਂ ਹਾਜ਼ਰ ਨਾਜ਼ਰ ਗੁਰੂ ਆ, ਸੁਪਰੀਮ ਕੋਰਟ ਨੇ ਵੀ ਕਹਿ ਦਿੱਤਾ ਭਾਵੇਂ ਸੁਪਰੀਮ ਕੋਰਟ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ, ਪਰ ਉਹਨੇ ਵੀ ਕਹਿ ਦਿੱਤਾ ਕਿ ਹਾਜ਼ਰ ਨਾਜ਼ਰ ਉਹਦੇ ਨਾਲ ਪ੍ਰੋਪਰਟੀ ਹੋ ਸਕਦੀ ਹੈ, ਅਤੇ ਫਿਰ ਇੱਕ ਬੰਦੇ ਨੂੰ ਬੰਦਾ ਮਾਰਦਾ ਉਹਦੇ ਲਈ ਤਾਂ 20 ਸਾਲ ਅਤੇ ਫਾਂਸੀ ਹੈ, ਅਤੇ ਜਿਹੜਾ ਗੁਰੂ ਦਾ ਕਰਦਾ ਉਹਦੇ ਲਈ ਇਹ ਕਾਨੂੰਨ ਕਿਉਂ ਨਹੀਂ ਚਾਹੀਦਾ? ਤਾਂ ਪਹਿਲਾਂ ਵੈਸੇ ਹੀ ਬਣ ਜਾਣਾ ਚਾਹੀਦਾ, ਉਹ ਭਾਵਾਂ ਬੇਅਦਬੀ ਗੀਤਾ ਸਾਹਿਬ ਦੀ ਕਰੇ ਅਤੇ ਉਹ ਭਾਵਾਂ ਕੁਰਾਨ ਦੀ ਕਰੇ ਅਤੇ ਭਾਵਾਂ ਕਿਸੇ ਦੀ ਕਰੇ, ਕਾਨੂੰਨ ਹੋਣਾ ਚਾਹੀਦਾ। ਜਿੰਨਾ ਚਿਰ ਇਹ ਤੁਸੀਂ ਨਹੀਂ ਕਰਦੇ, ਸਖਤੀ ਨਹੀਂ ਕਰਦੇ ਇਹੋ ਜੀ, ਭਾਵਾਂ ਫਾਂਸੀ, ਸਿੱਖ ਕੌਮ ਫਾਂਸੀ ਦੇ ਵਿਰੁੱਧ ਹੈ, ਫਾਂਸੀ ਨਹੀਂ ਲੱਗਣੀ, ਜੇ ਇਹ ਹੱਕ ਪਰਮਾਤਮਾ ਕੋਲ ਹੈ, ਪਰਮਾਤਮਾ ਹੀ ਸਾਨੂੰ ਜਨਮ ਦੇ ਸਕਦਾ, ਪਰਮਾਤਮਾ ਹੀ ਸਾਡੀ ਜਾਨ ਲੈ ਸਕਦਾ, ਪਰ ਕਾਨੂੰਨ ਦੇ ਮੁਤਾਬਕ ਅਤੇ ਇਹ ਕਾਨੂੰਨ ਦੇ ਵਿੱਚ ਜੇ ਸੁਧਾਰਤਾ ਹੋਣਾ ਚਾਹੀਦਾ। ਅੱਜ ਤੁਸੀਂ ਗੁਰੂ ਦੀ ਬੇਅਦਬੀ ਅੱਜ ਕਰਤੀ ਅਤੇ ਕੱਲ੍ਹ ਨੂੰ ਉਹਦੀ ਜ਼ਬਾਨ ਧੋ ਜਾਂਦੀ, ਅਤੇ ਦੱਸੋ ਸਿੱਖਾਂ ਦੇ ਵਿੱਚ ਇੱਕ ਜਣਾ ਬੇਅਦਬੀ ਕਰੀ ਜਾਂਦਾ ਅਤੇ ਇੱਕ ਜਣਾ ਲੜੀ ਜਾਂਦੇ ਆ, ਅਤੇ ਚੌਥੇ ਦਿਨ ਸਾਡਾ ਦੁਸ਼ਮਣ ਸਾਡੇ ਕੋਲ ਹੁੰਦਾ। ਅਤੇ ਵੇਖੋ ਜਿਹੜੇ ਗੁਰੂ ਦੀ ਬੇਅਦਬੀ ਹੋਈ, ਗੁਰੂ ਗ੍ਰੰਥ ਸਾਹਿਬ ਦੇ ਗੁਰੂ ਸਾਹਿਬ ਨੂੰ ਲੈ ਕੇ ਚੱਕ ਕੇ ਕਿੱਥੋਂ ਲੈ, ਗੁਰਦੁਆਰੇ 'ਚੋਂ ਲੈ ਕੇ, ਜਾਂ ਕਿਤੇ ਚੱਕ ਕੇ ਲੈ, ਕਹਿੰਦੇ ਜੀ ਹਾਂ ਚੱਕ ਕੇ ਲੈ, ਅਤੇ ਫਿਰ ਬੰਦਾ ਫੜ ਲਿਆ, ਤੁਸੀਂ ਫੜਾਤਾ, ਜੇਲ੍ਹ 'ਚ ਲੈ ਕੇ ਆ ਗਿਆ, ਉਹਨੂੰ ਗਨਮੈਨ ਦੇ ਉੱਤੇ ਕਹਿੰਦੇ 20, ਅਤੇ ਫਿਰ ਗਨਮੈਨ ਤਾਂ ਗੁਰਦੁਆਰੇ ਕੋਲ ਚਾਹੀਦੀ ਹੈ, ਸਿਕਿਉਰਿਟੀ ਤਾਂ ਗੁਰਦੁਆਰੇ ਚਾਹੀਦੀ ਪਈ, ਇਸ ਗੁਰਦੁਆਰੇ ਕੋਲ ਸਾਰੇ ਗੁਰਦੁਆਰੇ ਕੋਲ ਸਿਕਿਉਰਿਟੀ ਚਾਹੀਦੀ ਹੈ, ਇਹ ਸਰਕਾਰ ਦੀ ਡਿਊਟੀ ਹੈ ਗੁਰੂ ਨੂੰ ਕੋਈ ਹੱਥ ਨਾਲ ਆ ਜਾਵੇ, ਹਾਜ਼ਰ ਨਾਜ਼ਰ ਨੂੰ ਤਾਂ ਦਿੰਦੇ ਨਹੀਂ, ਤਾਂ ਜਿਹੜਾ ਬੰਦਾ ਕਹਿੰਦਾ ਬੇਅਦਬੀ ਕਰਦਾ ਉਹਨੂੰ ਗਨਮੈਨ ਦੇ। ਹੁਣ ਤੁਸੀਂ ਦੱਸੋ, ਕਈ ਐਂ ਵੀ ਕਹਿੰਦੇ ਨੇ ਵੀ ਤਾਂ ਮੰਦਬੁੱਧੀ ਆ, ਜਾਂ ਬੇਅਦਬੀਆਂ ਹੋ ਜਾਂਦੀਆਂ ਨੇ ਫੜ ਲੈਂਦੇ ਨੇ, ਕਹਿੰਦੇ ਮੰਦਬੁੱਧੀ ਆ, ਦੇਖਿਆ ਤੁਸੀਂ ਕਿੰਨੀਆਂ ਬੇਅਦਬੀਆਂ ਦੇ ਵਿੱਚ, ਇਹ ਕਿਉਂ ਹੋਇਆ? ਇਹ ਤਾਂ ਇੱਕ ਡਰਾਮਾ ਜੀ। ਹੁਣ ਮੰਦਬੁੱਧੀ ਆ, ਮੰਦਬੁੱਧੀ ਜਿਹੜਾ ਬੰਦਾ ਹੈ ਉਹ ਫਿਰ ਆਪ ਖੂਹ ਛਾਲ ਕਿਉਂ ਨਹੀਂ ਮਾਰਦਾ? ਮੰਦਬੁੱਧੀ ਬੰਦਾ ਆਪਣੇ ਘਰ ਦੇ ਸ਼ੀਸ਼ੇ ਸ਼ੂਸ਼ੇ ਭੰਨ ਕੇ ਅਤੇ ਬਰਤਨ ਚੱਕ ਕੇ ਗੁਆਂਢੀਆਂ ਕਿਉਂ ਨਹੀਂ ਮਰਦਾ? ਮੰਦਬੁੱਧੀ ਬੰਦਾ ਆਪਦੇ ਘਰ ਦੇ ਵਿੱਚ ਕੋਈ ਕਣਕ ਕੁਣਕ ਪਈ ਹੁੰਦੀ ਆ, ਉਹ ਕਿਉਂ ਨਹੀਂ ਮੰਨਦਾ? ਅਤੇ ਮੰਦਬੁੱਧੀ ਇਕੱਲਾ ਮੰਦਬੁੱਧੀ ਫਿਰ ਕੁਰਾਨ ਸ਼ਰੀਫ ਕਿਉਂ ਨਹੀਂ ਚੱਕਦਾ? ਮੰਦਬੁੱਧੀ ਬੰਦਾ ਗੀਤਾ ਨੂੰ ਹੱਥ ਕਿਉਂ ਨਹੀਂ ਲਾਉਂਦਾ? ਮੰਦਬੁੱਧੀ ਤਾਂ ਬਾਈਬਲ ਨੂੰ ਕਿਉਂ ਹੱਥ ਲਾਉਂਦੇ? ਅਸੀਂ ਕਹਿੰਦੇ ਨਹੀਂ ਲਾਉਣਾ ਚਾਹੀਦਾ, ਨਾ ਅਸੀਂ ਲਾਉਣ ਦੇਵਾਂਗੇ, ਪਰ ਇਹ ਇਕੱਲੇ ਗੁਰੂ ਗ੍ਰੰਥ ਨੂੰ ਕਿਉਂ ਆ? ਅਸਲ ਦੇ ਵਿੱਚ ਕਹਾਣੀ ਪਤਾ ਕੀ ਆ, ਇਹ ਇੱਕ ਨਾਗਪੁਰ ਤੋਂ ਇੱਕ ਸਿਸਟਮ ਦੇ ਤਹਿਤ ਇਹ ਇੱਕ ਸਿਸਟਮ ਆਇਆ, ਇਹ ਇੱਕ ਪਾਲਿਸੀ ਆ, ਉਹ ਕਹਿੰਦੇ ਯਾਰ ਸਿੱਖ ਲੜਦੇ ਆ
ਸਿੱਖ ਵੱਢੇ ਜਾਂਦੇ ਆ, ਇਹ ਜੇਲ੍ਹਾਂ 'ਚ ਵੀ ਚਲੇ ਜਾਂਦੇ ਆ, ਬਿਲਕੁਲ ਇਹ ਕਾਲੇ ਪੁਣੀਆਂ ਵੀ ਚਲੇ ਜਾਂਦੇ ਆ, ਇਹਨਾਂ ਦੇ ਦੋਨੇ ਧਿਰਾਂ 'ਚ ਇੰਨੇ ਜ਼ਿਆਦਾ ਹੋ ਜਾਂਦੇ ਆ ਅਤੇ ਕਹਿੰਦਾ ਯਾਰ ਫਿਰ ਇਹਦਾ ਕਾਲ ਤਖ਼ਤ ਵੀ ਢਾ ਦਿੰਦੇ ਕਹਿੰਦਾ ਇਹਨਾਂ ਦਾ। ਇਹ ਕਹਿੰਦੇ ਜੀ ਤੋਫਾ ਅਤੇ ਟੈਂਕਾਂ ਨਾਲ ਵੀ ਇਹਨਾਂ ਦੇ ਹਮਲੇ ਹੋ ਜਾਂਦੇ ਆ। ਅਤੇ ਕਹਿੰਦਾ ਯਾਰ ਫਿਰ ਕਹਿੰਦਾ ਯਾਰ ਇਹ ਇੰਨਾ ਲੜ ਕੇ ਵੀ ਫਿਰ ਇਕੱਠੇ ਹੋ ਜਾਂਦੇ ਆ। ਉਹ ਕਹਿੰਦਾ ਇਕੱਠੇ ਕੌਣ ਕਰਦਾ? ਕਹਿੰਦਾ ਇਕੱਠੇ ਕਰਦਾ ਕਾਲ ਤਖ਼ਤ। ਕਹਿੰਦਾ ਢਾ ਦਿਓ ਫਿਰ ਉਸ ਤਹਿਤ ਫਿਰ ਤੋਫਾਂ ਜਾਂ ਟੈਂਕਾਂ ਜਾਂ। ਅਡਵਾਨੀ ਨੇ ਕਿਤਾਬ ਲਿਖ ਲਈ ਮਾਈ ਕੰਟਰੀ ਮਾਈ ਲਾਈਫ, ਮੇਰਾ ਦੇਸ਼ ਮੇਰੀ ਜ਼ਿੰਦਗੀ, ਇੰਦਰਾ ਗਾਂਧੀ ਤੂੰ ਦੇਰ ਨਾਲ ਕੀਤਾ ਦਰੁਸਤ ਫੈਸਲਾ ਅਤੇ ਸਿੱਖਾਂ ਨੂੰ ਜਿਹੜਾ ਸਬਕ ਬੜਾ ਵਧੀਆ ਸੁਣਾਇਆ ਦੇਰ ਨਾ ਕੀਤਾ। ਅਤੇ ਫਿਰ ਉਹ ਕਹਿੰਦੇ ਇਕੱਠੇ ਹੋ ਜਾਂਦੇ ਕਾਲ ਤਖ਼ਤ। ਉਹ ਫਿਰ ਜਦੋਂ ਕੀ ਕੀਤਾ ਕਾਲ ਤਖ਼ਤ ਧਾਤਾ ਕੌਮਣੇ ਬਣਾ ਲਿਆ ਅਤੇ ਫਿਰ ਉੱਥੋਂ ਫੈਸਲਾ ਹੋ ਗਿਆ। ਫਿਰ ਇਹ ਜਿੱਤ ਕੇ ਆ ਗਏ ਭਾਈ ਬੇਅੰਤ ਸਿੰਘ ਅਤੇ ਸਤਵੰਤ ਸਿੰਘ ਨੇ, ਭਾਈ ਕੇਹਰ ਸਿੰਘ ਨੇ, ਸੁੱਖਾ ਜਿੰਦਾ ਨੇ, ਸਾਰਿਆਂ ਨੇ ਬਿਨਾਂ ਰਾਜ ਦੇ ਬਿਨਾਂ ਬਾਦਸ਼ਾਹੀ ਦੇ ਆਪਦਾ ਹਿਸਾਬ ਕਿਤਾਬ ਕਰ ਲਿਆ ਪੂਰਾ। ਜਦੋਂ ਸਾਨੂੰ ਇਨਸਾਫ ਨਹੀਂ ਮਿਲਿਆ ਇਹ ਤਾਂ ਦਿੱਤਾ ਜੇ ਇੰਦਰਾ ਗਾਂਧੀ ਨੂੰ ਕਟਹਿਰੇ 'ਚ ਖੜ ਜਾਂਦੇ ਤਾਂ ਸਿੱਖਾਂ ਨੇ ਕੰਮ ਨਹੀਂ ਸੀ ਕਰਨਾ। ਇਸ ਕਰਕੇ ਜਦੋਂ ਇਨਸਾਫ ਨਾ ਮਿਲਿਆ ਤਾਂ ਸਿੱਖਾਂ ਨੇ ਇਨਸਾਫ ਲੈ ਲਿਆ। ਬਿਲਕੁਲ ਉਦੋਂ ਬਾਅਦ ਕਹਿੰਦੇ ਅਕਾਲ ਤਖ਼ਤ ਢਹਿ ਗਿਆ ਅਤੇ ਯਾਰ ਇਹ ਤਾਂ ਹੋਰ ਗਏ। ਕਹਿੰਦੇ ਫਿਰ ਉਹ ਕਹਿੰਦੇ ਨਹੀਂ 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 ਇਕੱਲਾ ਅਕਾਲ ਤਖ਼ਤ ਨਹੀਂ ਹੈ, ਇਹ ਜਿਹੜੀ ਜੋਤ ਆ ਨਾ ਦਸਾਂ ਗੁਰੂਆਂ ਦੀ, ਪਹਿਲੇ ਪਾਤਸ਼ਾਹ ਨੇ ਗੁਰੂ ਨਾਨਕ ਪਾਤਸ਼ਾਹ ਨੇ ਕੀ ਕਿਹਾ ਬਾਬਰ ਤੂੰ ਜਾਵਰ ਹੈ, ਬਾਬਾ ਨਾਨਕ ਜੇਲ੍ਹ 'ਚ ਗਈ ਅਤੇ ਚੱਕੀ ਪੀਸੀ ਅਤੇ ਬਾਬੇ ਨਾਨਕ ਨੂੰ ਬਾਬਰ ਨੇ ਰਿਹਾ ਕੀਤਾ ਸੀ ਅਤੇ ਬਾਬਾ ਨਾਨਕ ਨੇ ਬਾਬਰ ਨੂੰ ਜਾਵਰ ਹੀ ਕਿਹਾ ਅਤੇ ਉਹਦੇ ਨਾਲ ਸਮਝੌਤਾ ਨਹੀਂ ਕੀਤਾ। ਫਿਰ ਦੂਜੇ ਪਾਤਸ਼ਾਹ ਗੁਰੂ ਅੰਗਦ ਪਾਤਸ਼ਾਹ ਉਹਨਾਂ ਨੇ ਤੁਹਾਨੂੰ ਗੁਰਮੁਖੀ ਲਿਪੀ ਦਿੱਤੀ ਜਿਹਦੇ 'ਚ ਆਪਾਂ ਬੋਲ ਰਹੇ ਹਾਂ, ਜਿਹਦੇ 'ਚ ਸੁਪੋਕਮੈਨ ਅਖਬਾਰ ਅਤੇ ਤੁਸੀਂ ਸਾਰੇ। ਤੀਜੇ ਪਾਤਸ਼ਾਹ ਏ ਉਹਨੇ ਸੰਗਤ ਅਤੇ ਪੰਗਤ ਦੇਤੀ, ਸਤੀ ਪ੍ਰਥਾ ਖਤਮ ਕਰਤੀ, ਜਾਤ ਪਾਤ ਖਤਮ ਕਰਤੀ, ਘੁੰਡ ਚੁਕਾਤਾ। ਚੌਥੇ ਪਾਤਸ਼ਾਹ ਏ ਉਹਨੇ ਤੁੰਗਾਂ ਦੇ ਸਰਦਾਰਾਂ ਤੋਂ 500 ਰੁਪਈਏ 'ਚ ਜਗ੍ਹਾ ਲੈ ਕੇ ਉਹਦਾ ਨਾਂ ਰੱਖਿਆ ਗੁਰੂ ਕਾ ਚੱਕ। ਗੁਰੂ ਅਮਰਦਾਸ ਜਦੋਂ ਥੋੜ੍ਹੇ ਜਿਹੇ ਬਿਰਧ ਅਵਸਥਾ ਆ ਗਿਆ ਉਹਦਾ ਨਾਂ ਰੱਖਿਆ ਗੁਰੂ ਅਮਰਦਾਸਪੁਰੀ ਜੋਤ ਜਗਾਉਣੀ 1588 'ਚ ਚੜ੍ਹਾਈ ਤੋਂ ਬਾਅਦ। ਉਹਦਾ ਨਾਂ ਕੀ ਰੱਖਿਆ? ਅੰਮ੍ਰਿਤਸਰ, ਸਿਫਤੀ ਦਾ ਘਰ, ਮੁੱਲ ਜਗ੍ਹਾ ਲਈ ਹੈ, ਦਾਨ ਨਹੀਂ ਲਈ। ਉਦੋਂ ਬਾਅਦ ਆਏ ਪੰਜਵੇਂ ਪਾਤਸ਼ਾਹ, ਉਹਨਾਂ ਨੂੰ ਤੱਤੀ ਤਵੀ 'ਤੇ ਬਿਠਾਤਾ। ਉਹਨੇ ਕਿਹਾ ਤੇਰਾ ਭਾਣਾ ਮਿੱਠਾ ਲਾਗੇ ਜਿਨ੍ਹਾਂ ਨੇ 1604 'ਚ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਤਾ ਅਤੇ ਉਦੋਂ ਇਕੱਲੀ ਭਗਤੀ ਸੀ, ਅਸੀਂ ਲੜੇ ਨਹੀਂ। ਤੇਰਾ ਕਾਣਾ ਮਿੱਠਾ ਤੱਤੀ ਤਵੀ ਨੂੰ ਕਹਿਤਾ ਕਿਉਂਕਿ ਪ੍ਰਵੇਸ਼ ਹੋ ਗਏ। ਉਦੋਂ ਬਾਅਦ ਆਏ ਛੇਵੇਂ ਪਾਤਸ਼ਾਹ ਹੋ ਗਏ ਜਹਾਂਗੀਰ। ਹੋਸ਼ ਵਿੱਚ ਆ ਜੇ ਸਾਡਾ ਰਾਜ ਹੁੰਦਾ, ਜੇ ਸਾਡੀ ਬਾਦਸ਼ਾਹੀ ਹੁੰਦੀ ਸੱਚੇ ਪਾਤਸ਼ਾਹ, ਅੱਜ ਸਾਡਾ ਕੀ ਹੋਣਾ ਸੀ? ਫਿਰ ਉਹਨੇ ਕੀ ਕਿਹਾ ਗੁਰੂ ਸਾਹਿਬ ਨੇ? ਉਹਨਾਂ ਨੇ ਕਿਹਾ ਭਾਈ ਦਿੱਲੀ ਦੇ ਤਖ਼ਤ ਨੂੰ ਚੈਲੰਜ ਕੀਤਾ। ਫਿਰ 1608 'ਚ ਅਕਾਲ ਤਖ਼ਤ ਦੀ ਸਿਰਜਣਾ ਕਰਤੀ। ਦਿੱਲੀ ਦਾ ਤਖ਼ਤ ਆ ਜਿਹੜਾ ਉਹ ਸਿੱਖ ਕੌਮ ਦਾ, ਪੰਜਾਬ ਦਾ ਨਹੀਂ ਹੋ ਸਕਦਾ। ਦਿੱਲੀ ਦੇ ਤਖ਼ਤ ਨੇ ਸਾਡੇ 'ਤੇ ਹਮਲੇ ਕੀਤੇ ਆ। ਉਹਨਾਂ ਨੇ ਮੀਰੀ ਦੇ ਪੀਰੀ ਉੱਥੇ ਜਾਂਦੇ ਨਿਸ਼ਾਨ ਸਾਹਿਬ ਐਂ ਜੁੜੇ ਆ, ਉਹ ਨੇਰੀ ਨਾਲ ਨਹੀਂ ਡਿੱਗਦੇ। ਇੱਧਰਲਾ ਅਕਾਲ ਤਖ਼ਤ ਸਾਹਿਬ ਸਾਹਿਬ ਵਾਲਾ, ਹਰਿਮੰਦਰ ਸਾਹਿਬ ਵਾਲਾ, ਇਹ 1.25 ਫੁੱਟ ਵੱਡਾ। ਇੱਧਰਲਾ ਅਕਾਲ ਤਖ਼ਤ 1.25 ਫੁੱਟ ਛੋਟਾ। ਕਹਿੰਦਾ ਧਰਮ ਵੱਡਾ ਸਿਆਸ ਛੋਟੀ, ਇਸ ਕਰਕੇ ਦਿੱਲੀ ਦਾ ਤਖ਼ਤ ਜ਼ਮੀਨ ਤੋਂ 3 ਫੁੱਟ 'ਚ ਆ। ਗੁਰੂ ਸਾਹਿਬ ਨੇ 3.5 ਫੁੱਟ ਕਹਿੰਦਾ ਆ ਚੈਲੰਜ ਕੀਤਾ। ਦਿੱਲੀ ਦੇ ਤਖ਼ਤ 'ਤੇ 3 ਫੁੱਟ 'ਤੇ 2.5 ਪਾ ਕੇ 6 'ਤੇ ਫੈਸਲੇ ਹੁੰਦੇ ਆ। ਗੁਰੂ ਸਾਹਿਬ ਨੇ 3.25 ਕਰਕੇ 6.25 ਫੁੱਟ 'ਤੇ ਫੈਸਲੇ ਹੁੰਦੇ ਆ। ਕਹਿੰਦਾ ਤੇਰਾ ਤਖ਼ਤ 'ਤੇ ਸਾਡਾ ਤਖ਼ਤ ਵੱਡਾ। ਉਦੋਂ ਕਹਿੰਦਾ ਕੋਈ ਪੱਗ ਨਹੀਂ ਬਣ ਸਕਦਾ। ਗੁਰੂ ਸਾਹਿਬ ਨੇ ਕਿਹਾ 6-6, 7-7 ਪੱਗਾਂ ਬੰਨਿਆ ਕਰਨਗੇ। ਉਦੋਂ ਕਹਿੰਦਾ ਕੋਈ ਬਾਜ ਅਤੇ ਘੋੜਾ ਨਹੀਂ ਰੱਖਦਾ। ਕਹਿੰਦਾ ਅੱਜ ਤੋਂ ਬਾਅਦ ਮੀਰੀ ਪੀਰੀ ਦੀਆਂ 2 ਕਿਰਪਾਨਾਂ, ਆਹ ਕਿਰਪਾਨ ਹੈ। ਅੰਮ੍ਰਿਤ 1699 ਛਕਾਇਆ ਗੁਰੂ ਸਾਹਿਬ ਨੇ, 1608 'ਚ ਮੀਰੀ ਅਤੇ ਪੀਰੀ ਦੇਤੀ, ਘੋੜਾ ਦਿੱਤਾ ਅਤੇ ਬਾਜ ਦਿੱਤਾ। ਅੱਜ ਤੱਕ ਜਿਹੜੇ ਆ ਨਾ
ਉਹਨਾਂ ਨੂੰ ਬਾਜਾ ਬਾਜ਼ ਨਹੀਂ ਰੱਖਣ ਦਿੰਦੇ ਅਤੇ ਨਾ ਘੋੜੇ 'ਤੇ ਚੜ੍ਹਨ ਦਿੰਦੇ ਆ। ਹੁਣ ਕਹਿੰਦੇ ਵੀ ਇਹ ਨੀਚ ਬੰਦੇ ਆ, ਆ ਇੱਥੇ ਪਿੱਛੇ ਜੇ ਘੋੜੇ 'ਤੇ ਚੜ੍ਹਨ ਤੋਂ ਇੱਕ ਬੰਦੇ ਨੂੰ ਨੌਜਵਾਨ ਨੂੰ ਰਾਜਸਥਾਨ ਦੇ ਵਿੱਚ ਮਾਰ ਦਿੱਤਾ ਅਤੇ ਮਟਕੇ ਦੇ ਵਿੱਚੋਂ ਪਾਣੀ ਨਹੀਂ ਪੀਣ ਦਿੰਦੇ, ਐਸੀ ਹਾਲਾਤ ਬਣੇ ਪਏ ਆ। ਜਾਤ ਪਾਤ ਗੁਰੂ ਸਾਹਿਬ ਨੇ, ਗੁਰੂ ਸਾਹਿਬ ਨੇ ਉਹ ਤੋਂ ਬਾਅਦ ਕੀ ਆ, ਮੀਰੀ ਪੀਰੀ ਇਕੱਠੀ ਕਰਕੇ ਗੱਲ ਲੰਬੀ ਹੁੰਦੀ ਹੈ, ਨੌਵੇਂ ਪਾਤਸ਼ਾਹ ਨੇ ਧਰਮ ਪ੍ਰਬੁੱਧ ਪੁਰਾਤਨ ਦੇ ਸੀਸ ਦੇ ਕੇ ਨਵਾਂ ਇਤਿਹਾਸ ਰਿਹਾ। ਗੁਰੂ ਗੋਬਿੰਦ ਸਿੰਘ ਨੇ 230 ਸਾਲ ਦੇ ਬਾਅਦ ਅਨੰਦਪੁਰ ਸਾਹਿਬ ਦੀ ਧਰਤੀ 'ਤੇ 230 ਸਾਲ ਬਾਅਦ ਅੰਮ੍ਰਿਤ ਛਕਾ ਕੇ, ਖੰਡੇ ਵੱਟ ਦਾ ਅੰਮ੍ਰਿਤ ਛਕਾ ਕੇ ਕੀ ਬਣਤਾ, ਖਾਲਸਾ ਬਣਾਤਾ, ਜਾਤ ਪਾਤ ਕੱਢਤੀ। ਅਤੇ ਗੁਰੂ ਗੋਬਿੰਦ ਸਿੰਘ ਨੇ ਹਜ਼ੂਰ ਸਾਹਿਬ ਦੀ ਧਰਤੀ 'ਤੇ ਜਾ ਕੇ ਕੀ ਕੀਤਾ, ਜੋਤੀ ਜੋਤ ਸਮਾ ਕੇ ਕਹਿਤਾ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮੰਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮੰਨਿਓ ਪ੍ਰਗਟ ਕੁਰੰਗੀ ਦੇ, ਇਸ ਕਰਕੇ ਸਾਡੀ ਮੀਰੀ ਦੇ ਪੀਰੀ ਇਕੱਠੀ ਆ। ਅੱਜ ਸਾਡੇ ਲੀਡਰ ਗੁਰਦੁਆਰਿਆਂ 'ਚ ਕੀ ਹੈ, ਕਹਿੰਦਾ ਧਰਮ ਲੈਦਾ ਅਤੇ ਸਿਆਸਤ ਲੈਦਾ, ਸਿਆਸਤ ਅਤੇ ਧਰਮ ਸਾਡਾ ਇਕੱਠਾ। ਜੇ ਧਰਮ ਅਤੇ ਸਿਆਸਤ ਇਕੱਠਾ ਹੁੰਦਾ ਅਤੇ ਜਿਹੜੇ ਪੰਗੇ ਅੱਜ ਪਏ ਆ ਬਾਦਲ ਕੇ ਫਿਰਦੇ ਕਿ ਨਹੀਂ ਤੁਰੇ, ਇਹ ਧਰਮ ਨੂੰ ਨੀਵਾਂ ਕਰਤਾ ਇਹਨਾਂ ਨੇ ਅਤੇ ਸਿਆਸਤ ਨੂੰ ਉੱਤੇ ਕਰਤਾ। ਜੇ ਇਹ ਸਿਧਾਂਤ ਦੇ ਮੁਤਾਬਕ ਚੱਲਦੇ ਅੱਜ ਨਹੀਂ ਸੀ ਹੋਣਾ, ਪਰ ਆਹ ਜਿਹੜੇ ਸਾਰੇ ਲੋਕ ਆ ਇਹ ਸਿਧਾਂਤਵਾਦੀ ਬੈਠੇ ਆ ਅਤੇ ਅਕਾਲ ਤਖ਼ਤ ਨੂੰ ਮੰਨਣ ਵਾਲੇ ਬੈਠੇ ਆ। ਅਤੇ ਤਾਂਹੀਓ ਤਾਂ ਸਾਨੂੰ ਜੇ ਸਾਡੇ ਜਥੇਦਾਰ ਨੇ ਸਰਸੇ ਵਾਲੇ ਸਾਧ ਨੂੰ ਬਿਨਾਂ ਮੰਗਿਆ ਮਾਫ਼ੀ ਨਾ ਦਿੱਤੀ ਹੁੰਦੀ ਅਤੇ ਇੱਥੇ ਹੋਟਲ ਆ ਜਿਹੜਾ ਕੇ ਸੀ ਹੋਟਲ 'ਚ ਮੀਟਿੰਗਾਂ ਨਾ ਹੁੰਦੀਆਂ ਦਿੱਲੀ ਦੀਆਂ ਬੈਠ ਕੇ, ਅਤੇ ਫਿਰ ਜਥੇਦਾਰ ਜੀ ਅੱਜ ਫਿਰ ਸਾਨੂੰ ਆਪਣਾ ਕੌਮ ਦਾ ਜਥੇਦਾਰ ਨਹੀਂ ਸੀ ਚੁਣਨਾ ਚਾਹੀਦਾ, ਇਸ ਕਰਕੇ ਸਾਡੀ ਕੌਮ ਦਾ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਇਸੇ ਕਰਕੇ ਸਾਨੂੰ ਚੁਣਨਾ ਪਈਦਾ। ਉਹ ਜਥੇਦਾਰ ਆਪਣੇ ਜਥੇਦਾਰ ਆਪਣੇ ਲਿਫਾਫੇ 'ਚੋਂ ਨਿਕਲੇ, ਆਪਣੀ ਸਾਰੀ ਗੱਲ ਆ, ਉਹ ਆਪਣੇ ਜਥੇਦਾਰ ਆਪਣੇ ਫੈਸਲੇ ਆਪਣੇ ਕਰਨਗੇ, ਸਿੱਖ ਕੌਮ ਨੂੰ ਉੱਥੋਂ ਕੀ ਮਿਲਣਾ। ਇਸ ਕਰਕੇ ਡਰਾਮੇਬਾਜ਼ੀ 'ਚੋਂ ਨਿਕਲ ਕੇ ਅਤੇ ਭਾਈ ਸਾਡੀ ਕੌਮ ਦਾ ਜਥੇਦਾਰ ਨੂੰ ਕਹਿਣਾ ਕਿ ਭਾਈ ਜਗਤਾਰ ਸਿੰਘ ਹਵਾਰਾ ਸਿੰਘ ਸਾਹਿਬ ਜੀ ਤੁਸੀਂ ਵੀ ਦਖਲ ਦੱਜੋ, ਇੱਕ ਪਾਸੇ ਸ਼ਿਕਾਇਤ ਕਰਨ ਵਾਲਾ ਵੀ ਅਤੇ ਸ਼ਿਕਾਇਤ ਸੁਣਨ ਵਾਲਾ ਵੀ, ਸਾਰੀ ਇੱਕੋ ਥੈਲੀ ਦੇ ਚੱਟੇ ਫੱਟੇ ਆ, ਆਪ ਵੀ ਸ਼ਿਕਾਇਤ ਕਰੀ ਜਾਂਦੇ, ਆਪ ਵੀ ਤਲਬ ਕਰਾਈ ਜਾਂਦੇ, ਆਪਦਾ ਜਥੇਦਾਰ ਆਪ ਵੀ ਫੈਸਲੇ ਕਰਾ ਲੈਣਗੇ। ਇਸ ਕਰਕੇ ਉਹਦੇ ਤੋਂ ਸਾਨੂੰ ਬਚ ਕੇ ਚੱਲਣਾ ਚਾਹੀਦਾ ਅਤੇ ਸੱਚ ਸੱਚ ਹੁੰਦਾ। ਅਤੇ ਮੈਂ ਕਹਿਣਾ ਸੱਚੇ ਪਾਤਸ਼ਾਹ ਕੌਮ ਨੂੰ ਸਮੱਤ ਬਖਸ਼, ਇੱਕ ਥੱਲੇ ਝੰਡੇ ਕੇਸਰੀ ਥੱਲੇ ਨਿਸ਼ਾਨ ਥੱਲੇ ਇਕੱਠੇ ਹੋ ਕੇ ਆਪਣੀ ਕੌਮ ਦੀ ਚੜ੍ਹਦੀ ਕਲਾ ਲਈਏ, ਕਿਉਂ ਇਸ ਕਰਕੇ ਆਪਾਂ ਗੁਲਾਮੀ ਦੀਆਂ ਜ਼ੰਜੀਰਾਂ 'ਚ ਫਸੇ ਹੋਏ ਹਾਂ, ਹੋਰ ਨਾ ਫਸੇ ਰਹਿ ਜਾਈਏ। ਅਤੇ ਪਾਰਟੀ ਬਾਜ਼ੀ ਤੋਂ ਪੁੱਟ ਕੇ ਸਾਨੂੰ ਸਾਰਿਆਂ ਨੂੰ, ਪੰਜਾਬ ਦੇ ਸਾਰੇ ਵੀਰਾਂ ਨੂੰ, ਹਿੰਦੂ ਮੁਸਲਮਾਨਾਂ ਨੂੰ, ਸਾਰਿਆਂ ਨੂੰ ਇਕੱਠੇ ਹੋ ਕੇ ਇੱਕ ਲੜੀ 'ਚ ਪਰੋ ਕੇ ਪੰਜਾਬ ਦੇ ਭਵਿੱਖ ਲਈ ਕੁਛ ਕਰਨਾ ਚਾਹੀਦਾ। ਜੇ ਪੰਜਾਬ ਦੇ ਭਵਿੱਖ ਲਈ ਨਾ ਕੁਛ ਕੀਤਾ ਤਾਂ ਫਿਰ ਤੁਸੀਂ ਵੇਖ ਲਿਆ ਜੇ ਤੁਹਾਡਾ ਹਾਲ ਕੀ ਹੋਣਾ ਸਾਰਿਆਂ ਦਾ। ਇੱਥੇ ਨਾ ਤਾਂ ਹਿੰਦੂ ਬਖਸ਼ਿਆ ਜਾਣਾ, ਨਾ ਮੁਸਲਮਾਨ ਬਖਸ਼ਿਆ ਜਾਣਾ, ਇੰਡੀਅਨ ਸਟੇਟ, ਚੱਲ ਗੁਜਰਾਤ ਦੇ ਵਿੱਚ ਜਾ ਕੇ ਵੇਖੋ ਪੰਜਾਬ ਦੇ ਜਿੰਨੇ ਵਪਾਰੀ ਆ ਨਾ ਉਹਨਾਂ ਦੀਆਂ ਜਾਨਾਂ ਕੱਢੀਆਂ ਪਈਆਂ। ਆਹ ਤੁਸੀਂ ਦੇਖੋ ਤੁਹਾਡਾ ਪੰਜਾਬ ਤਬਾਹ ਕਰਤਾ, ਬੱਦੀ ਹੈ, ਬੱਦੀ ਨਹੀਂ, ਬੱਦੀ ਤਾਂ, ਬੱਦੀ ਤਾਂ ਹਿਮਾਚਲ ਹੈ, ਇਹ ਕਿਵੇਂ ਤਰੱਕੀ ਕਰ ਗਿਆ? ਬੱਦੀ ਤਾਂ ਤਰੱਕੀ ਕਰ ਗਿਆ ਨਾਲ ਚੰਡੀਗੜ੍ਹ 'ਚ, ਅਤੇ ਸਾਡੀ ਇੰਡਸਟਰੀ ਬੰਦ ਹੋ ਗਈ ਹੈ, ਕਿਉਂ ਨਹੀਂ ਕੀਤੀ? ਚਲੋ ਤੁਸੀਂ ਚਲੋ ਗਾਂਧੀਧਾਮ ਇੰਡਸਟਰੀ ਕਿਵੇਂ ਤਰੱਕੀ ਕਰ ਗਈ ਹੈ? ਕਿਉਂਕਿ ਨਾਲ ਦੀ ਨਾਲ ਪੋਲਿਸੀਜ਼ ਬਣਾਈਆਂ ਇੰਡਸਟਰੀ ਨੂੰ ਤਾਂ ਚੱਕ ਲੈ। ਅਤੇ ਸਾਡੀ ਫਿਰੋਜ਼ਪੁਰ ਦੀ, ਸਾਡੇ ਆਪਣੇ ਮੁਕਤਸਰ ਦੀ, ਹਵੋਰ ਦੀ, ਪੂਰੇ ਪੰਜਾਬ ਦੀ ਸਾਰੀ ਇੰਡਸਟਰੀ ਤਬਾਹ ਪਈ ਆ, ਤੁਸੀਂ ਦੱਸੋ? ਆਹ ਗੋਬਿੰਦਗੜ੍ਹ ਦੀ ਇੰਡਸਟਰੀ ਖਤਮ, ਗੋਬਿੰਦਗੜ੍ਹ ਦੀ ਲੋਹਾ ਇੰਡਸਟਰੀ ਖਤਮ, ਲੁਧਿਆਣੇ ਦੀ ਯਾਰਨ ਇੰਡਸਟਰੀ ਖਤਮ, ਸਾਡੀ ਖੇਡ ਇੰਡਸਟਰੀ ਜਲੰਧਰ ਦੀ ਖਤਮ, ਦੇਗ ਦੀ ਇੰਡਸਟਰੀ ਸਾਡੀ ਬਟਾਲੇ 'ਚ ਖਤਮ, ਸਾਡੀ ਕੱਪੜੇ ਦੀ ਇੰਡਸਟਰੀ ਕਿੱਥੇ, ਅੰਮ੍ਰਿਤਸਰ ਖਤਮ, ਅਤੇ ਫਿਰ ਲੁਧਿਆਣੇ 'ਚ ਯਾਰਨ ਖਤਮ, ਇੰਡਸਟਰੀ ਖਤਮ, ਪਹਿਲਾਂ ਕਿਸਾਨ ਖਤਮ, ਤਿੰਨ ਕਾਲੇ ਕਾਨੂੰਨ ਲੱਗੇ ਕਿਸਾਨ, ਉਹ ਗੋਲੀਆਂ ਮਾਰੀਆਂ, ਕੋਈ ਸੁਣਦਾ ਉਹਨਾਂ ਦੀ ਸਿੱਧੀਆਂ ਗੋਲੀਆਂ ਮਾਰੀਆਂ, ਕੋਈ ਸੁਣਦਾ ਨਹੀਂ ਸੁਣਦਾ ਕੋਈ, ਕਿਸਾਨ ਖਤਮ, ਜੇ ਕਿਸਾਨ ਮਰ ਗਿਆ, ਮਜ਼ਦੂਰ ਮਰ ਗਿਆ,
ਮਜ਼ਦੂਰ ਦੇ ਨਾਲ ਵਪਾਰੀ ਮਰ ਗਿਆ, ਵਪਾਰੀ ਦੀ ਇੰਡਸਟਰੀ ਮਰ ਗਈ, ਅਤੇ ਪੰਜਾਬ ਦਾ ਜਿਹੜੀ ਬੇਰੁਜ਼ਗਾਰੀ ਉਹਦਾ ਬੇੜਾ ਤਬਾਹ। ਅਤੇ ਆਹ ਫਿਰ ਇਹਨੂੰ ਕਿਉਂ ਰੇਤਾਂ ਦਿੱਤੀਆਂ, ਬੱਦੀ ਕਿਉਂ ਚੰਗੀ ਚੜ੍ਹਦੀ ਕਲਾ, ਮੈਡੀਕਲ ਦੀ ਏਜੰਸੀ ਕਿਵੇਂ, ਸਾਡੇ ਕਿਉਂ ਨਹੀਂ, ਸਾਡੇ ਟੈਕਸ ਫਰੀ ਜ਼ੋਨ ਸਾਡਾ ਕਿਉਂ ਨਹੀਂ ਬਣਾਇਆ ਜਾਂਦਾ, ਸਾਡਾ ਵੀ ਟੈਕਸ ਫਰੀ ਜ਼ੋਨ ਬਣਾਇਆ ਜਾਵੇ, ਉਹਦੇ ਵਿੱਚ ਵੀ ਸਾਡੀ ਇੰਡਸਟਰੀ ਹੋਵੇ, ਸਾਡੇ ਨੌਜਵਾਨ ਪੰਜਾਬ ਦੇ ਐਡੇ ਐਡੇ ਪੜ੍ਹੇ ਲਿਖੇ ਆ ਹਿਜਰਤ ਕਰਕੇ ਜਾ ਰਹੇ ਆ, ਪੰਜਾਬ ਸਾਰਾ ਖਾਲੀ ਹੋ ਰਿਹਾ ਹੈ। ਹੁਣ ਤਰੀਕੇ ਨਾਲ ਕੁਝ ਤਾਂ ਨੌਜਵਾਨ ਗੋਲੀਆਂ ਨਾਲ ਮਾਰਤੇ, ਕੁਝ ਨੌਜਵਾਨ ਨਸ਼ੇ ਨਾਲ ਮਾਰਤੇ, ਅਤੇ ਕੁਝ ਨੌਜਵਾਨ ਸਾਡੇ ਹਿਜਰਤ ਕਰਕੇ ਚਲੇ ਗਏ, ਪੰਜਾਬ ਬਰਬਾਦ ਕਰਤਾ, ਟਰਾਂਸਪੋਰਟ ਤਬਾਹ ਹੋ ਗਈ ਹੈ। ਤੁਸੀਂ ਦੱਸੋ ਪੰਜਾਬ ਦੀ ਟਰਾਂਸਪੋਰਟ ਤਬਾਹ ਹੈ, ਪੰਜਾਬ ਦੀ ਟਰਾਂਸਪੋਰਟ ਤਬਾਹ, ਨਾ ਤਾਂ ਰਾਜਸਥਾਨ ਦੀ ਰਾਸ਼ਟਰ ਤਬਾਹ, ਨਾ ਗਾਂਧੀਧਾਮ ਦੀ ਤਬਾਹ ਗੁਜਰਾਤ ਦੀ, ਨਾ ਦਿੱਲੀ ਦੀ ਤਬਾਹ, ਨਾ ਯੂਪੀ ਦੀ ਤਬਾਹ, ਅਤੇ ਨਾ ਆਪਣੀ ਉੜੀਸਾ ਦੀ ਤਬਾਹ, ਨਾ ਹਿਮਾਚਲ ਦੀ ਤਬਾਹ। ਇੰਡਸਟਰੀ ਸਾਡੀ ਕਿਉਂ ਟਰਾਂਸਪੋਰਟ ਦਾ ਹੋਈ, ਸਾਨੂੰ ਜਾਣ ਬੁੱਝ ਕੇ ਸਾਡੀ ਟਰਾਂਸਪੋਰਟ ਦੋ ਧੰਦੇ ਹੈ, ਖੇਤੀ ਅਤੇ ਟਰਾਂਸਪੋਰਟ, ਖਤਮ, ਅਤੇ ਤੀਜੀ ਇੰਡਸਟਰੀ ਖਤਮ, ਆਪਣਾ ਘੁੱਗਾ ਸਰਿਆ ਪਿਆ, ਬਾਕੀ ਰਹਿੰਦਿਆਂ ਨੂੰ ਨਸ਼ੇ 'ਤੇ ਲਾ ਦਿਉ, ਬੇੜਾ ਬਰਬਾਦ ਕਰ ਦਿਉ। ਇਹ ਤਾਂ ਹੋਇਆ ਜਿਹੜੇ ਅੱਜ ਲੀਡਰ ਕਹਿ ਰਹੇ ਆ ਨਾ, ਕੋਈ ਕਾਲ ਤਖ਼ਤ 'ਤੇ ਜਾਂਦਾ, ਕੋਈ ਕਿਤੇ ਜਾਂਦਾ, ਇਹਨਾਂ ਦੀਆਂ ਬੇਨਲੇਕੀਆਂ ਕਾਰਨ ਪੰਜਾਬ ਸਾਰਾ ਬਰਬਾਦ ਹੋਇਆ, ਇਹਨਾਂ ਬੰਦਿਆਂ ਨੂੰ ਪੰਜਾਬ ਨੂੰ ਮਾਰਨ ਵਾਲੇ ਆ। ਇਸ ਕਰਕੇ ਦਿੱਲੀ ਦੇ ਯਾਰਾਂ ਤੋਂ ਬਚ ਜਾਓ, ਦਿੱਲੀ ਦੇ ਯਾਰ ਤੁਹਾਨੂੰ ਮਾਰਨਗੇ, ਪੰਜਾਬ ਦੇ ਵਪਾਰੀ ਨੂੰ, ਪੰਜਾਬ ਦੇ ਕਿਸਾਨ ਨੂੰ, ਪੰਜਾਬ ਦੇ ਮਜ਼ਦੂਰ ਨੂੰ, ਪੰਜਾਬ ਦੀ ਇੰਡਸਟਰੀ ਨੂੰ, ਪੰਜਾਬ ਦੇ ਸੋਸ਼ਲ ਮੀਡੀਆ, ਪ੍ਰਿੰਟ ਮੀਡੀਆ ਨੂੰ। ਕੋਈ ਦੱਸੋ ਪਾਰਲੀਮੈਂਟ ਸੋਸ਼ਲ ਮੀਡੀਆ ਦੇ ਉੱਤੇ ਐਡਾ ਜ਼ੁਲਮ ਹੋ ਗਿਆ, ਜਦੋਂ ਇੱਕ ਚੰਗਾ ਜਿਹਾ ਕੋਈ ਪੱਤਰਕਾਰ, ਮੇਰਾ ਵੀਰ ਗੁੱਲ ਘੋਲੇ, ਭਾਵੇਂ ਉਹਦੇ ਭਾਵੇਂ ਹਜ਼ਾਰ ਹੀ ਫਲਰ, ਉਹ ਸੱਚੀ ਗੱਲ ਕਰਦਾ, ਉਹਨੂੰ ਜਾਂ ਤਾਂ ਫੜ ਕੇ ਅੰਦਰ ਕਰ ਦਿੱਤਾ ਜਾਂਦਾ। ਮੈਨੂੰ ਦੱਸੋ ਕੋਈ ਵੀ ਬੰਦਾ ਪਾਰਲੀਮੈਂਟ 'ਚ ਬੋਲਿਆ ਇਹਦੇ 'ਤੇ ਅੱਜ ਤੱਕ? ਇਸ ਕਰਕੇ ਇਹ ਸਾਰਾ ਕੁਛ ਤਾਂ ਹੋ ਰਿਹਾ, ਇਹ ਸਾਡੇ ਲੀਡਰਾਂ ਦੀਆਂ ਨਲੇਕੀਆਂ। 77 ਸਾਲ ਦੇ ਵਿੱਚ ਕਾਂਗਰਸ ਨੇ 36-5 41 ਸਾਲ ਰਾਜ ਕਰਕੇ ਪੰਜਾਬ ਦਾ ਬੇੜਾ ਗਰਕ ਕੀਤਾ, ਉਹਨੇ ਕਿਹਾ ਗਰੀਬੀ ਹਟਾਓ ਅਤੇ ਪੰਜਾਬ ਬਚਾਓ, ਗਰੀਬ ਹੋਰ ਗਰੀਬ ਹੋ ਗਿਆ। ਬਾਦਲ ਨੇ ਨਾਰਾ ਲਿਆ ਪੰਥ ਬਚਾਓ, ਪੰਥ ਹੋਰ ਖਤਰੇ 'ਚ ਹੋ ਗਿਆ, ਅਤੇ ਆਮ ਪਾਰਟੀ ਨੇ ਨਾਰਾ ਲਿਆ ਆਮ ਬੰਦਾ ਲਿਆਓ, ਅਤੇ ਹੁਣ ਦੱਸੋ ਕੇਜਰੀਵਾਲ ਆਮ ਆਦਮੀ ਹੈ, ਕਰੋੜਾਪਤੀ ਹੈ, ਭਗਵੰਤ ਮਾਨ ਆਮ ਆਦਮੀ ਹੈ, ਕਰੋੜਾਪਤੀ ਹੈ, ਸੰਧ ਆਮ ਆਦਮੀ ਕਰੋੜਾਪਤੀ ਹੈ। ਇਹੋ ਜਿਹੇ ਨਾਰਿਆਂ ਨਾਲ ਪੰਜਾਬ ਬਰਬਾਦ ਕਰ ਦਿੱਤਾ। ਇਸ ਕਰਕੇ ਸਾਰਿਆਂ ਨੂੰ ਬਰਬਾਦੀ ਤੋਂ ਬਚਾ ਕੇ ਮੀਰੀ ਪੀਰੀ ਦੇ ਸਿਧਾਂਤ ਦੇ ਮੁਤਾਬਕ ਸਾਰੇ ਮਸਲਿਆਂ ਦੇ ਇੱਕੋ ਹੱਲ, 227 ਸਰਕਾਰੀ ਖਾਲਸਾ ਬਣਾਓ। ਜੀ, ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ। ਭਾਈ ਜਸਕਾਂਤ ਸਿੰਘ, ਕਾਂਤ ਸਿੰਘ ਵਾਲਾ ਸੀ, ਜਿਨ੍ਹਾਂ ਨੇ ਕਈ ਅਹਿਮ ਗੱਲਾਂ ਸਾਂਝੀਆਂ ਕੀਤੀਆਂ ਨੇ ਕਿ ਬਾਦਲਾਂ ਦੇ ਰਾਜ ਦੇ ਵਿੱਚ ਕਿਹੜੀਆਂ ਕਿਹੜੀਆਂ ਕੁਤਾਹੀਆਂ ਹੋਈਆਂ ਨੇ, ਕਿਹੜੀਆਂ ਕਿਹੜੀਆਂ ਗਲਤੀਆਂ ਦੇ ਨਾਲ ਉਹਨਾਂ ਨੇ ਪੰਜਾਬ ਦੇ ਵਿੱਚ ਸਿੱਖੀ ਦਾ ਕਾਣ ਕੀਤਾ, ਪੰਜਾਬੀ ਦਾ ਕਾਣ ਕੀਤਾ। ਸਾਥੀ ਸਨੀ ਦੇ ਨਾਲ ਕੁਲਦੀਪ ਸਿੰਘ ਪੋੜੇ, ਰੋਜ਼ਾਨਾ ਸਪੋਕਸਮੈਨ ਟੀਵੀ, ਮੋਹਾਲੀ।